ਤੇ ਅੱਜ ਸਟੂਡੀਓ ਦੇ ਵਿੱਚ ਬੜੇ ਲੰਮੇ ਸਮੇਂ ਬਾਅਦ ਮੈਂ ਕਹਾਂਗਾ ਕਿ ਸਾਲ ਤੋਂ ਵੱਧ ਸਮਾਂ ਹੋ ਗਿਆ ਪੰਥ ਦੀ ਉਹ ਸ਼ਖਸੀਅਤ ਜਿਨ੍ਹਾਂ ਤੋਂ ਭਾਵੇਂ ਉਮਰ ਦੇ ਵਿੱਚ ਮੇਰੇ ਨਾਲ ਛੋਟੇ ਨੇ ਪਰ ਸਿੱਖਣ ਦੇ ਵਿੱਚ ਉਹਨਾਂ ਤੋਂ ਬੜਾ ਕੁਝ ਮਿਲੇ ਆ ਤੇ ਅੱਜ ਸਟੂਡੀਓ ਦੇ ਵਿੱਚ ਸ਼ਾਮਲ ਨੇ ਮੇਰੇ ਨਾਲ ਸਿੱਖਰੀ ਬੋਤਿਆਂ ਨੇ ਨਾਮ ਸੁਣਿਆ ਸਿੱਖ ਰਿਸਰਚ ਇੰਸਟੀਚਿਊਟ ਤੇ ਉਸ ਦੇ ਬਾਨੀਆਂ ਦੇ ਵਿੱਚੋਂ ਸਰਦਾਰ ਖਰਿੰਦਰ ਸਿੰਘ ਅੱਜ ਪ੍ਰੋਗਰਾਮ ਖਬਰਸਾਰ ਦੇ ਵਿੱਚ ਸ਼ਾਮਲ ਹੋ ਰਹੇ ਨੇ ਸਰਦਾਰ ਹਰਿੰਦਰ ਸਿੰਘ ਜੀ ਖਬਰਸਾਰ ਬਿਹਾਈਂਡ ਦ ਨਿਊਜ਼ ਦੇ ਵਿੱਚ ਜਲਦੀਆਂ ਕਰ ਰਹੇ ਜੋ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਫੋਲੋ ਕਰਦੇ ਰਹਿਣੇ ਆ ਤੁਹਾਨੂੰ ਜਿਹੜੇ ਜਿਹੜੇ ਤੁਹਾਡੇ ਪ੍ਰੋਗਰਾਮ ਨੇ ਤੇ ਪ੍ਰੋਗਰਾਮਾਂ ਦੇ ਵਿੱਚ ਹਰ ਵਾਰੇ ਤੁਸੀਂ ਇਹਨਾਂ ਦੇ ਇਹਨਾਂ ਦੇ ਵਿੱਚ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਚ ਆਉਨੇ ਹੋ ਉਹਦਾ ਮੁੱਖ ਮਕਸਦ ਕੀ ਹੈ ਹਾਂਜੀ ਸਾਡਾ ਇੱਕ ਸਿੱਖ ਰਿਸਰਚ ਇੰਸਟੀਚਿਊਟ ਵੱਲੋਂ ਇੱਕ ਜਿਹੜਾ ਪਹਿਲੇ ਦਿਨ ਤੋਂ ਹੀ ਪ੍ਰੋਗਰਾਮ ਚੱਲ ਰਿਹਾ ਸਾਡੇ 21 ਸਾਲ ਹੋ ਗਏ ਨੇ ਉਹ ਹੈਗਾ ਦੋ ਹਫ਼ਤਿਆਂ ਦੇ ਵਿੱਚ ਜਿਹੜੇ ਕਾਲਜ ਏਜ ਵਾਲੇ ਪਲੱਸ ਯੰਗ ਅਡਲਟਸ ਨੇ ਪ੍ਰੋਫੈਸ਼ਨਲਸ ਨੇ ਜੀ ਉਹਨਾਂ ਨੂੰ ਇੱਕ ਸੈਮੈਸਟਰ ਦੀ ਅਸੀਂ ਟ੍ਰੇਨਿੰਗ ਦਿੰਦੇ ਆ ਦੋ ਹਫ਼ਤਿਆਂ 'ਚ ਕਿ ਹਾਊ ਟੂ ਥਿੰਕ ਲਾਈਕ ਅ ਸਿੱਖ ਉਹਦੇ ਵਿੱਚ ਫਿਰ ਜਿਹੜੀਆਂ ਕ੍ਰਿਟੀਕਲ ਥਿੰਕਿੰਗ ਦੇ ਗੱਲ ਨੇ ਜਿਹੜੀਆਂ ਸਾਡੀਆਂ ਬਾਣੀ ਦੀਆਂ ਗੱਲਾਂ ਨੇ ਕਿ ਮੇਨ ਆਈਡੀਆ ਕੀ ਆ ਆਈਡੀਆ ਬਾਣੀ ਦਾ ਉਹਨੂੰ ਜੀਣਾ ਕਿਵੇਂ ਆ ਉਹਨੂੰ ਇੰਟਰਪ੍ਰੀਟ ਕਿਵੇਂ ਕਰਨਾ ਇਤਿਹਾਸ ਦੀ ਕਿਹੜੀ ਗੱਲ ਜ਼ਿਆਦਾ ਮੈਟਰ ਕਰਦੀ ਆ ਤੇ ਅੱਜ ਜਿਹੜੇ ਇਸ਼ੂਸ ਚੱਲ ਰਹੇ ਨੇ ਸਾਡੇ ਸਾਹਮਣੇ ਭਾਵੇਂ ਉਹ ਪੋਲਿਟੀਕਲ ਨੇ ਭਾਵੇਂ ਉਹ ਸੈਕਸ਼ੂਅਲ ਨੇ ਭਾਵੇਂ ਉਹ ਸਪਿਰਚੁਅਲ ਨੇ ਤੇ ਭਾਵੇਂ ਇਕਨੋਮਿਕਲ ਨੇ ਪੰਥ ਦੇ ਨੇ ਹਿੰਦੁਸਤਾਨ ਦੇ ਨੇ ਕੈਨੇਡਾ ਦੇ ਨੇ ਜਿੱਥੇ ਵੀ ਕੋਈ ਆ ਰਿਹਾ ਉਹਨੂੰ ਕਿਵੇਂ ਅਪਲਾਈ ਕਰਨਾ ਤੇ ਉਹਦੇ ਵਿੱਚ ਫਿਰ ਅਸੀਂ ਇੱਕ ਰਹਿਤ ਦਾ ਵੀ ਐਂਗਲ ਰੱਖਿਆ ਜਿਹਨੂੰ ਅਸੀਂ ਲਾਈਫਸਟਾਈਲ ਆਖਦੇ ਆ ਕਿ ਰਹਿਤ ਮर्याਦਾ ਕੀ ਆ ਉਹਨੂੰ ਪਿਛਲੇ 150 ਸਾਲਾਂ ਚ ਕੋਡਿਫਾਈ ਕਿਵੇਂ ਕਰਤਾ ਵੱਖਰੀਆਂ ਵੱਖਰੀਆਂ ਸਰਕਾਰਾਂ ਨੇ ਕਿਉਂਕਿ ਸਿੱਖ ਹੁਣ ਵੱਖਰੇ ਵੱਖਰੇ ਦੇਸ਼ਾਂ ਵਿੱਚ ਰਹਿ ਰਹੇ ਨੇ ਤੇ ਉਹਦੇ ਨਾਲ ਵੀ ਅਸੀਂ ਕਿਵੇਂ ਨਜਟਣਾ ਸੋ ਅਸੀਂ ਇਸ ਕਿਸਮ ਦੀ ਇੱਕ ਇਮਰਜੈਂਟ ਪ੍ਰੋਗਰਾਮ ਰਨ ਕਰਦੇ ਆ ਇਸ ਸਾਲ ਉਹਦੇ ਚ 50 ਜਣੇ ਗਲੋਬਲੀ ਆਏ ਨੇ ਜ਼ਿਆਦਾਤਰ ਉਹਦੇ ਚ ਅਮਰੀਕਾ ਕੈਨੇਡਾ ਯੂਕੇ ਤੋਂ ਹੁੰਦੇ ਨੇ ਬਟ ਕਦੇ-ਕਦੇ ਸਾਡੇ ਕੋਲ ਇੰਡੀਆ ਤੋਂ ਵੀ ਆਸਟ੍ਰੇਲੀਆ ਨਿਊਜ਼ੀਲੈਂਡ ਮਲੇਸ਼ੀਆ ਤੋਂ ਵੀ ਆਉਂਦੇ ਨੇ ਵਾਹ ਜੀ ਵਾਹ ਇਹ ਜਿਹੜੀ ਲਗਾਤਾਰ 21 ਵਰਿਆਂ ਤੋਂ ਕਰ ਰਹੇ ਹਾਂ ਇਹਦੀ ਆਉਟਪੁੱਟ ਕੀ ਹੈ ਕਿੰਨੇ ਡਿਵੈਲਪਮੈਂਟ ਹੋਈ ਹੈ ਕਿੰਨਾ ਜਾਗਰੂਕਤਾ ਆਈ ਇਸਕਾ ਜਰੂਰ ਜੀ ਇੱਥੇ ਮੇਨ ਮਕਸਦ ਹੈ ਨਾ ਅਸੀਂ ਪੀਪਲ ਇਨਵੈਸਟਮੈਂਟ ਨਹੀਂ ਕੀਤੀ ਆਪਣੇ ਯੰਗਸਟਰਸ ਵਿੱਚ ਓਕੇ ਅਸੀਂ ਕਹਿੰਦੇ ਆ ਇਹੋਦੀਆਂ ਵਾਂਗੂ ਐਕਸਪਲੇਨ ਕਰਨ ਲੱਗ ਜਾਂਦੇ ਆ ਹੋਰਾਂ ਵਾਂਗ ਉੱਥੇ ਦੇਖੋ ਕਿੰਨੇ ਲੀਡਰਸ਼ਿਪ ਪ੍ਰੋਗਰਾਮ ਐਕਚੁਅਲੀ ਚੱਲ ਰਹੇ ਨੇ ਅਸੀਂ ਗੁਰਮਤ ਇਨਸਪਾਇਰ ਲੀਡਰਸ਼ਿਪ ਪ੍ਰੋਗਰਾਮ ਰਨ ਕਰਦੇ ਆ ਅਸੀਂ ਕਿਸੇ ਇੱਕ ਕੰਮ ਲਈ ਨਹੀਂ ਕਰ ਰਹੇ ਹੁਣ ਜਿਹੜੇ ਇਹਦੇ ਵਿੱਚੋਂ 400 ਦੇ ਕਰੀਬ ਲੋਕੀ ਨਿਕਲ ਚੁੱਕੇ ਨੇ ਕਿਉਂਕਿ ਕਈ 2-3 ਵਾਰੀ ਵੀ ਆਂਦਦੇ ਨੇ ਸਾਡੇ ਤਿੰਨ ਟਰੈ ਉਹ ਹੁਣ ਜਾਂ ਤਾਂ ਸਿੱਖ ਸੰਸਥਾਵਾਂ ਵਿੱਚ ਲਾ ਰਹੇ ਨੇ ਜਾਂ ਉਹਨਾਂ ਨੇ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਨੇ ਜਾਂ ਉਹ ਜਿਹੜੀਆਂ ਪਾਲਿਸੀ ਮੇਕਿੰਗ ਬਾਡੀਜ਼ ਨੇ ਉਹਨਾਂ ਵਿੱਚ ਚਲੇ ਗਏ ਨੇ ਜਾਂ ਉਹ ਜਿਹੜੇ ਸਿੱਖ ਨਜ਼ਰੀਏ ਪੇਸ਼ ਕਰਦੇ ਨੇ ਲਿਖਦੇ ਨੇ ਕਿਤਾਬਾਂ ਲਿਖ ਰਹੇ ਨੇ ਮਿਊਜ਼ਿਕ ਕਰ ਰਹੇ ਨੇ ਕੋਈ YouTube ਦੇ ਸਟਾਰ ਵੀ ਬਣ ਗਏ ਨੇ ਕਹਿਣ ਦਾ ਭਾਵ ਹੈ ਅਸੀਂ ਇਹ ਨਹੀਂ ਕਹਿੰਦੇ ਕੀ ਕਰੋ ਇਨਫੋਰਮੇਸ਼ਨ ਦੇ ਨਾਲ ਅਸੀਂ ਇਹ ਉਥੇ ਸ਼ੇਅਰ ਕਰੀਦਾ ਕਿ ਭਈ ਇੱਕ ਪੰਥਕ ਹੋਣ ਦਾ ਕੀ ਮਤਲਬ ਆ ਗੁਰਮਤ ਹੋਣ ਦਾ ਕੀ ਮਤਲਬ ਆ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਕਿਵੇਂ ਲੈ ਕੇ ਆਉਣਾ ਫਿਰ ਉਹਨੂੰ ਇੰਟਰਪ੍ਰੀਟ ਕਰੋ ਆਪਣੇ ਆਪਣੇ ਖੇਤਿਆਂ ਦੇ ਵਿੱਚ ਆਪਣੇ ਆਪਣੇ ਤਰੀਕਿਆਂ ਦੇ ਨਾਲ ਸੋ ਉਹ ਇੰਪੈਕਟ ਦੇਖਣ ਨੂੰ ਨਜ਼ਰ ਆ ਰਿਹਾ ਇੱਕ ਸਾਡਾ ਇੱਕ ਤੁਸੀਂ ਕਹਿ ਲਓ ਕਿ ਇੱਕ ਕੋਰ ਗਰੁੱਪ ਬਣ ਗਿਆ ਹੈਗਾ ਜਿਹੜਾ ਵੱਖਰੇ ਵੱਖਰੇ ਲੈਵਲ ਤੇ ਦੁਨੀਆ ਵਿੱਚ ਘੁੰਮ ਰਿਹਾ ਹੈਗਾ ਵਿਚਰ ਰਿਹਾ ਹੈਗਾ ਤੇ ਆਪਣੇ ਆਪਣੇ ਤਰੀਕਾ ਨਾਲ ਯੋਗਦਾਨ ਪਾ ਰਿਹਾ ਵਾਹ ਜੀ ਵਾਹ ਮੈਨੂੰ ਗੱਲ ਛਿੱਤੇ ਆ ਰਹੀ ਹੈ ਕਿ ਇੱਕ ਵਾਰ ਤੁਸੀਂ ਬੜਾ ਲੰਮਾ ਸਮਾਂ ਪਹਿਲਾਂ ਕੁਰਕਲੰਦੀ ਗੱਲਬਾਤ ਵੀ ਕੀਤੀ ਸੀ ਪੰਜਾਬੀ ਦੀ ਨਾਲ ਦੀ ਨਾਲ ਅਕਾਲ ਤਖਤ ਸਾਹਿਬ ਨੂੰ ਆਜ਼ਾਦ ਕਰਾਉਣ ਦੀ ਗੱਲਬਾਤ ਵੀ ਕੀਤੀ ਸੀ ਹੋਰ ਬੜੇ ਤੁਸੀਂ ਕਾਰਜ ਆਪਣੇ ਤੌਰ ਤੇ ਵਿੱਢੇ ਇਸ ਕਾਰਜ ਦੇ ਵਿੱਚ ਤੁਹਾਨੂੰ ਕਿੰਨੀ ਸਫਲਤਾ ਮਿਲ ਰਹੀ ਹੈ ਖਾਸ ਕਰਕੇ ਆ ਜਿਹੜਾ ਬੱਚਿਆਂ ਦੇ ਬੱਚਿਆਂ ਵਾਲਾ ਕਿਉਂਕਿ ਸਾਡਾ ਜਿਹੜਾ ਫਿਊਚਰ ਜਿਹੜੀ ਜਨਰੇਸ਼ਨ ਹੈ ਸਾਡੀ ਉਹ ਅਵੇਅਰ ਨਹੀਂ ਹੈ ਤੇ ਆਉਣ ਵਾਲਾ ਭਵਿੱਖ ਸਾਡਾ ਕਿਹੋ ਜਿਹਾ ਹੈਗਾ ਇਹਦੇ ਬਾਬਤ ਕਿੰਨਾ ਤੁਹਾਨੂੰ ਲੱਗ ਰਿਹਾ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਸਾਡੇ ਜਿਹੜੇ ਬੱਚੇ ਨੇ ਉਹਦੇ ਪਾਸੇ ਕਿਨੇਕਤ ਰਹੇ ਨੇ ਦੇਖੋ ਬੱਚਿਆਂ ਪ੍ਰਤੀ ਨਾ ਅਸੀਂ ਜ਼ਿਆਦਾਤਰ ਮੈਂ ਆਪ ਵੀ ਉਸ ਜਨਰੇਸ਼ਨ ਚੋਂ ਨਿਕਲਿਆ 13 ਸਾਲ ਦੀ ਉਮਰ ਚ ਮੈਕੈਂਜ਼ਾ ਸਵਰਕਾ ਆ ਗਿਆ ਸੀ ਮੈਂ ਵੀ ਦੇਖਿਆ ਕਿ ਜਿਹੜੇ ਸਾਡੇ ਤੋਂ ਵੱਡੇ ਸੀ ਉਹਨਾਂ ਨੇ ਆਪਣੀਆਂ ਕੋਸ਼ਿਸ਼ਾਂ ਤੇ ਆਪਣੇ ਤਰੀਕੇ ਨਾਲ ਕੁਝ ਨਾ ਕੁਝ ਲੋਕਲੀ ਕਰਦੇ ਸੀ ਜੀ ਬਟ ਇੱਕ ਸਿਸਟਮੈਟਿਕ ਤਰੀਕੇ ਨਾਲ ਕਿ ਦੁਨੀਆ ਕਿੱਥੇ ਖੜੀ ਹੈ ਤੇ ਦੁਨੀਆ ਜੇ ਸਾਡੇ ਕੋਲ ਕੋਈ ਆਕਸਫੋਰਡ ਦਾ ਜਥੇਦਾਰ ਆਕਸਫੋਰਡ ਦਾ ਬੱਚਾ ਆ ਕੇ ਗੱਲ ਕਰ ਰਿਹਾ ਜੇ ਸਾਡੇ ਕੋਲ ਕੋਈ ਯੋ ਨੋ ਇੱਕ ਬਿਊਟੀ ਸਟਾਰ ਪੈਜੈਂਟ ਦੇ ਵੀ ਜੀਨਰ ਆ ਕੇ ਗੱਲ ਕਰ ਰਹੀ ਆ ਜੇ ਕਿਸੇ ਨੇ ਉੱਥੇ ਜਥੇਦਾਰ ਦੀ ਟੀਮ ਦਾ ਮੈਂਬਰ ਬਣਨਾ ਜਾਂ ਆਪਣੇ ਗੁਰਦੁਆਰੇ ਦੀ ਕਾਉਂਸਲ ਨੇ ਕੁਝ ਕਰਨਾ ਜਾਂ ਕੋਈ ਕੇਸਸ ਨੂੰ ਲੜਨਾ ਸੀ ਸੁਪਰੀਮ ਕੋਰਟ ਤੱਕ ਕਰ ਜਾ ਕੇ ਉਹ ਇੱਕ ਟ੍ਰੇਨਿੰਗ ਹੁੰਦੀ ਆ ਮੈਂ ਕਹਾਂਗਾ ਉਹਦੇਸ ਤੋਂ ਬਹੁਤ ਸਫਲਤਾ ਮਿਲ ਰਹੀ ਆ ਮੈਂ ਦੋ ਲੰਗਾਂ ਤੋਂ ਉਹਦੀ ਗੱਲ ਕਰਾਂਗਾ ਪਹਿਲੀ ਇਹ ਕਿ ਸ਼ੁਰੂ ਵਿੱਚ ਅਸੀਂ ਇੱਕ ਦੋ ਜਣੇ ਉਹਦੇਸ ਭੜਾਉਂਦੇ ਸੀ ਤੇ ਅਸੀਂ 10 ਬੱਚੇ ਲੈਂਦੇ ਸੀ ਅਸੀਂ ਉਹਨੂੰ ਹੁਣ ਇਸ ਲੈਵਲ ਤੇ ਲਿਆ ਆਇਆ ਉੱਥੇ 15 ਜਣੇ ਇਹਨੂੰ ਫੈਸਿਲਿਟੇਟ ਕਰ ਰਹੇ ਆ ਉਹਦੇ ਚੋ ਮੈਂ ਇੱਕ ਵੀ ਟੀਮ ਨੂੰ ਲੀਡ ਨਹੀਂ ਕਰਦਾ ਮੈਂ ਤਾਂ ਉਹਨਾਂ ਨੂੰ ਅਵੇਲੇਬਲ ਹੈਗਾ ਜੋ ਉਹਨਾਂ ਨੇ ਮੇਰੀ ਵੀ ਹੈਲਪ ਲੈਣੀ ਆ ਤੇ ਉਹਨੂੰ ਹੁਣ ਅਸੀਂ ਪਿਛਲੇ ਸਾਲ ਤੋਂ ਬਰਥ ਰਾਈਡ ਪ੍ਰੋਗਰਾਮ ਵੱਲ ਲੈ ਜਾਣਾ ਸ਼ੁਰੂ ਕਰਤਾ ਇਹਦਾ ਮਤਲਬ ਹੈ ਕਿ ਫ੍ਰੀ ਵੀ ਕਰਤਾ ਇਹਦੀ ਕੋਈ ਫੀ ਨਹੀਂ ਹੈਗੀ ਇਹਦੀ ਐਡਮਿਸ਼ਨਸ ਕਮੇਟੀ ਹੈ ਤੁਸੀਂ ਅਪਲਾਈ ਕਰਦੇ ਹੋ ਤੇ ਜਿਨ੍ਹਾਂ ਨੇ ਲੱਗਦਾ ਕਿ ਸਿੱਖਣ ਆਏ ਨੇ ਇਹ ਕੈਂਪ ਨਹੀਂ ਆ ਇਹ ਐਕਚੁਅਲ ਟ੍ਰੇਨਿੰਗ ਆ ਹਾਊ ਟੂ ਥਿੰਕ ਲਾਈਕ ਅ ਸਿੱਖ ਕੈਂਪ ਉਹ ਵਿੱਚ ਸਭ ਮਾਪੇ ਭੇਜਦੇ ਨੇ ਇਥੇ ਅਸੀਂ ਕਹਿੰਦੇ ਕਿ ਤੁਸੀਂ ਕਿਉਂ ਆਣਾ ਲਿਖ ਕੇ ਦੱਸੋ ਤੇ ਕੀ ਖਟਣਾ ਕਿਉਂਕਿ ਇਹ ਇਨਵੈਸਟਮੈਂਟ ਹੈਗੀ ਹੈ ਟਾਈਮ ਦੀ ਸੋ ਅਸੀਂ ਕਿਸੇ ਤੋਂ ਹੁਣ ਕੋਈ ਫੀ ਨਹੀਂ ਲੈਂਦੇ ਪਿਛਲੇ 2 ਸਾਲ ਤੋਂ ਸਾਡੇ ਫੰਡਰਸ ਨੇ ਇਹ ਵੀ ਇੱਕ ਹਮਲਾ ਮਾਰ ਕੇ ਇਹਨੂੰ ਸੋ ਅਸੀਂ ਚਾਹੁੰਦੇ ਆ ਕਿ ਐਟ 1 ਪੁਆਇੰਟ ਉਹਦਾ ਪਹਿਲੀ ਸਟੈਪ ਸਾਡੀ 20 ਸਾਲ ਚ ਹੋ ਗਈ ਆ ਕਿ ਦੁਨੀਆ ਵਿੱਚ ਕਿਤੇ ਵੀ ਕੋਈ 18 ਸਾਲ ਤੋਂ ਵੱਧ ਦਾ ਉਮਰ ਦਾ ਸਿੱਖ ਨੌਜਵਾਨ ਮੁੰਡਾ ਕੁੜੀ ਜੇ ਹੈ 40 ਸਾਲ ਤੱਕ ਦੀ ਉਮਰ ਦੇ ਉਹ 20 ਸਾਲ ਦਾ ਟਾਈਮ ਆ ਨਾ ਉਹ ਜਿੱਥੇ ਵੀ ਦੁਨੀਆਂ ਛੋਣ ਜਿਉਂਦੇ ਉਹਨਾਂ ਨੇ ਕਿਹਾ ਕਿ ਅਸੀਂ ਸਿੱਖਣਾ ਸਿੱਖ ਨਜ਼ਰੀਏ ਨੂੰ ਕਿ ਉਹਨੂੰ ਅਸੀਂ ਦਿਵਾਨ ਵੀ ਲਾਉਂਦੇ ਆ ਤੇ ਕਲਾਸਾਂ ਵੀ ਲਾਉਂਦੇ ਆ ਕਿ ਉਹਨੂੰ ਜੀਣਾ ਵੀ ਹੈ ਭਾਵੇਂ ਜਿਵੇਂ ਮਰਜ਼ੀ ਲੈਵਲ ਤੇ ਅਸੀਂ ਜੀਏ ਆਪਣੀ ਲਾਈਫ ਵਿੱਚ ਬਟ ਉਹ ਐਕਸਪੀਰੀਅੰਸ ਨੂੰ ਇੱਕ ਕ੍ਰਿਟੀਕਲ ਥਿੰਕਿੰਗ ਦੇ ਲੈਵਲ ਤੇ ਲੈ ਕੇ ਜਾਣਾ ਸੋ ਉਧਰ ਵੱਲ ਆਈ ਵੁੱਡ ਸੇ ਕਿ ਕਾਫੀ ਸਕਸੈਸ ਸਾਥੇ ਇਸ ਸੰਗਤ ਦੀ ਸਾਡੇ ਜਿਹੜੇ ਡੋਨਰਸ ਨੇ ਉਹਨਾਂ ਦੀ ਪੂਰੀ ਸਪੋਰਟ ਆ ਕਿੰਨੇ ਦਿਨਾਂ ਦਾ ਕੈਂਪ ਹੁੰਦਾ ਹੈ ਇਹ ਜੀ 2 ਹਫ਼ਤਿਆਂ ਦਾ ਹੁੰਦਾ ਮੈਂ ਜਾਣ ਕੇ ਕਹਿ ਰਿਹਾ ਇਹ ਲੀਡਰਸ਼ਿਪ ਕੋਰਸ ਹੈਗਾ ਇਹ ਕੈਂਪ ਨਹੀਂ ਹੈ ਕੈਂਪ ਚ ਹੁੰਦੀ ਹੈ ਇੰਡੋਕਟ੍ਰੀਨੇਸ਼ਨ ਅਸੀਂ ਇੱਥੇ ਸਿਖਾਉਂਦੇ ਹਾਂ ਹਰ ਚੀਜ਼ ਤੇ ਸਵਾਲ ਉਠਾਓ ਜੋ ਸਿੱਖਣਾ ਨਾ ਟ੍ਰੇਨਿੰਗ ਚ ਹੁੰਦਾ ਸਵਾਲ ਉਠਾ ਕੇ ਸਿੱਖਿਆ ਜਾਂਦਾ ਕਿਉਂਕਿ ਗੁਰਦੁਆਰੇ ਦੇ ਵਿੱਚ ਜੇ ਤੁਸੀਂ ਜਾਣਾ ਉੱਥੇ ਸਵਾਲ ਨਹੀਂ ਉਠਾ ਸਕਦੇ ਦੇਖੋ ਉਹ ਇੱਕ ਵੱਖਰੇ ਮਸਲੇ ਨੇ ਹਾਂ ਜੀ ਨਹੀਂ ਮੈਂ ਇਸੇ ਕਰਕੇ ਕਹਿ ਰਿਹਾ ਅਸੀਂ ਤਾਂ ਫਾਲੋ ਕਰ ਰਹੇ ਹਾਂ ਗੁਰੂ ਸਾਹਿਬ ਦਾ ਮਾਡਲ ਜੀ ਜੀ ਜਿਵੇਂ ਗੁਰਨਾਨਦਕ ਸਾਹਿਬ ਦੇ ਜਪਜੀ ਸਾਹਿਬ ਵਿੱਚ ਵੀ ਦੁਨੀਆ ਦੇ ਜਿਵੇਂ ਹੁਣ ਆਪਾਂ ਕਹਾਂਗੇ ਆ ਉਸ ਵੇਲੇ ਦੇ ਆਵਾਮ ਨੂੰ ਦੇਖੋ ਸਾਰਿਆਂ ਦਾ ਸਵਾਲ ਕੀ ਸੀਗਾ ਕਿ ਸਚਿਆਰਾਂ ਹੋਈਏ ਕਿ ਕੂੜਾ ਟਟੇਪਾਲ ਅੱਜ ਵੀ ਸਾਡੇ ਇਹ ਸਵਾਲ ਨੇ ਅਸੀਂ ਸਚਿਆਰ ਤੋਂ ਦੂਰ ਚਲੇ ਗਿਆ ਨਾ ਕੂੜਾ ਟਰੈਸ਼ ਫਾਲਸਹੂਡ ਟੈਂਪਰਰੀ ਇਸ਼ੂਸ ਇਹੀ ਆ ਨਾ ਕੂੜੇ ਦਾ ਮਤਲਬ ਹੋਰ ਕੀ ਆ ਉਹਦੀ 스ਮੈਲ ਜਿਆਦਾ ਆ ਰਹੀ ਆ ਕਿਉਂਕਿ ਅਸੀਂ ਇਸ ਇਸ਼ੂ ਨਾਲ ਡੀਲ ਨਹੀਂ ਕਰ ਰਹੇ ਹਮ ਟਫ ਤੇ ਕੰਟਰੋਵਰਸ਼ਲ ਇਸ਼ੂਸ ਨਾਲ ਕਦੇ ਡੀਲ ਕਰਨਾ ਡਿਵਾਈਸੇਬਲ ਇਸ਼ੂਸ ਨਾਲ ਕਿਵੇਂ ਡੀਲ ਕਰਨਾ ਜਿੱਥੇ ਗੱਲਬਾਤ ਹੋਣ ਦੀ ਗੁੰਜਾਇਸ਼ ਹੈ ਨਹੀਂ ਉੱਥੇ ਗੱਲਬਾਤ ਕਿਵੇਂ ਕ੍ਰੀਏਟ ਕਰਨੀ ਇਹੀ ਤਾਂ ਅਸਲੀ ਟ੍ਰੇਨਿੰਗ ਆ ਵਾਹ ਇਸ ਟ੍ਰੇਨਿੰਗ ਦੇ ਵਿੱਚ ਕਿਉਂਕਿ ਖਾਸ ਕਰਕੇ ਮੈਂ ਇਸ ਟ੍ਰੇਨਿੰਗ ਦੇ ਤੁਹਾਡੀ ਵੈਬਸਾਈਟ ਹੈ ਜਿਹੜੀ sikri.org ਮੈਂ ਇੱਕ ਵਾਰ ਦਿਖਾ ਵੀ ਦੇਣਾ ਸਾਰੇ ਦਰਸ਼ਕਾਂ ਨੂੰ ਇਹਦੇ ਵਾਸਤੇ ਕਿੰਨਾ ਕੁ ਲੰਮਾ ਸਮਾਂ ਪਹਿਲਾਂ ਰਜਿਸਟਰ ਕਰਨਾ ਪੈਂਦਾ ਹੈ ਅਸੀਂ ਜਨਵਰੀ 1st ਤੇ ਲੱਗੇ ਜਾ ਕੇ ਪ੍ਰੋਗਰਾਮ ਖੋਲਦੇ ਆਂ ਤੇ ਉਹਦੇ ਤੁਸੀਂ ਅਪਲਾਈ ਕਰਦੇ ਹੋ ਉਹਦਾ ਸਾਰਾ ਸਿਸਟਮ ਆਨਲਾਈਨ ਦੇਖਿਆ ਜਾ ਸਕਦਾ ਅਸੀਂ ਤਾਂ ਹੁਣ ਉਹਦੀ ਬਾੜੀ ਗੱਲ ਵੀ ਨਹੀਂ ਕਰਦੇ ਕਿਉਂਕਿ ਜਿਨ੍ਹਾਂ ਨੇ ਸਟਿੱਕਰਸ ਨੇ ਨਾ ਉਹ ਸਾਨੂੰ ਆਪ ਲੱਭ ਰਹੇ ਨੇ ਪਹਿਲਾਂ ਅਸੀਂ ਜਿਵੇਂ ਇਸ ਸਾਲ ਮੈਂ ਇੱਕ ਐਗਜ਼ਾਮਪਲ ਦਵਾਂ ਇੱਕ ਸਕਸੈਸ ਇਹ ਵੀ ਹੁੰਦੀ ਹੈ ਜੀ ਆਮ ਤੌਰ ਤੇ ਸ਼ੁਰੂ ਵਿੱਚ ਕਹਿੰਦਾ ਤੁਹਾਡੇ ਸ਼ੋਅ ਤੇ ਆ ਕੇ ਗੱਲ ਕਰ ਲਈ ਕਿਸੇ ਦੇ ਸ਼ੋਅ ਤੇ ਕਿਤੇ ਗੁਰਦੁਆਰੇ ਗੱਲ ਕਰ ਲਈ ਆਪਣੇ ਦੋਸਤਾਂ ਮਿੱਤਰਾਂ ਆਪਣੇ ਨੈਟਵਰਕ ਨੂੰ ਕਿਹਾ ਹੁਣ ਸਾਡੇ ਕੋਲ 80% ਸਟੂਡੈਂਟਸ ਉਹ ਆਏ ਨੇ ਜਿੰਨਾਂ ਨੂੰ ਅਸੀਂ ਜਾਣਦੇ ਵੀ ਨਹੀਂ ਉਹ ਆਪ ਲੱਭ ਰਹੇ ਨੇ ਇਹ ਹੁੰਦਾ ਜਗਿਆਸਾ ਸੀਕਰਸ ਲੱਭ ਰਹੇ ਨੇ ਕਿਉਂਕਿ ਉਹ ਸੀਕਰਸ ਦੇ ਲਈ ਅਸੀਂ ਇਹ ਪ੍ਰੋਗਰਾਮ ਬਣਾਇਆ ਜਿਹੜਾ ਲਾਈ ਅਲੱਗ ਬਣਨਾ ਚਾਹੁੰਦਾ ਹੈ ਉਹਨਾਂ ਲਈ ਨਹੀਂ ਆ ਜੇ ਕਿਸੇ ਨੇ ਜੱਥੇਬੰਦੀ ਨਾਲ ਜੁੜਨਾ ਹੈ ਉਹਦੇ ਲਈ ਨਹੀਂ ਆ ਇਹ ਤਾਂ ਜਿਹੜਾ ਸਾ ਇੱਕੋ ਹੀ ਜੱਥਾ ਸਾਡਾ ਉਹ ਹੈਗਾ ਪੰਥ ਕਿ ਪੰਥ ਦੇ ਵਿੱਚ ਵੱਖਰੇ ਵੱਖਰੇ ਨੋਟਸ ਕੇ ਮੈਂ ਪਲੇ ਕਰਨੇ ਹਾਰਮਨੀ ਕ੍ਰੀਏਟ ਕਰਨ ਲਈ ਸਾਰੇ ਇੱਕੋ ਨੋਟ ਪਲੇ ਕਰਨਗੇ ਹਰ ਵੀ ਨਹੀਂ ਬਣ ਸਕਦੀ ਉਹ ਇੱਕ ਰੌੜਾ ਹੋ ਸਕਦਾ ਇੱਕ ਵੱਡੀ ਗੱਲ ਦਾ ਸੋ ਅਸੀਂ ਤਾਂ ਉਹ ਕਰ ਰਹੇ ਹਾਂ ਕਿ ਇੱਕ orchestra ਜਿਵੇਂ ਚੱਲਦੀ ਹੈ ਜਾਂ ਕੀਰਤਨ ਹੋ ਰਿਹਾ ਜਿੰਨੂੰ ਅਸੀਂ ਗਾਵੇ ਕਹਿੰਦੇ ਆ ਸੋਦਰਦੀ ਤੇ ਜਪਜੀ ਦੀ ਪੌੜੀਆਂ ਵਿੱਚ ਉਹ ਇਕੱਠੇ ਹੋ ਕੇ ਗਾਣਾ ਕਿਵੇਂ ਆ ਉਹ ਗਾਣੇ ਦੇ ਵਿੱਚ ਤੁਹਾਡਾ ਨੋਟ ਕੀ ਆ ਉਹ ਡਿਵੈਲਪ ਕਰੋ ਸਿੱਧਾ ਮਤਲਬ ਹੈ ਕਿ ਬਾਬਾ ਨਾਨਕ ਨੇ ਜਿਹੜੀ ਗੱਲ ਆਖੀ ਹੈ ਕਿ ਜਬ ਲਗ ਦੁਨੀਆ ਰਹੀ ਹੈ ਕਿਛ ਸੁਣੀ ਹੈ ਕਿਛ ਕਹੀਏ ਦੇ ਸਿਧਾਂਤ ਨੂੰ ਲੈ ਕੇ ਕੁਝ ਨਾ ਦੱਸਦੇ ਹੋ ਕੁਝ ਉਹਨਾਂ ਦੀ ਸੁਣਦੇ ਹੋ ਮਨ ਦੇ ਵਿੱਚ ਜਿਹੜਾ ਵੀ ਸਵਾਲ ਕੋਈ ਉਪਜਦਾ ਹੈ ਕਈ ਵਾਰੀ ਮਾਪਿਆਂ ਨੂੰ ਵੀ ਪੁੱਛਦੇ ਨੇ ਬੱਚੇ ਜਵਾਨੀ ਤੋਂ ਬਾਅਦ ਕੁ ਸਵਾਲ ਆਉਂਦੇ ਨੇ ਤੇ ਉੱਥੇ ਹਰ ਤਰ੍ਹਾਂ ਦਾ ਸਵਾਲ ਗੁਰਮਤਿ ਦੇ ਸੰਬੰਧੀ ਹੈ ਜਿਹੜਾ ਉਹ ਪੁੱਛਿਆ ਜਾਂਦਾ ਤੇ ਦੱਸਿਆ ਜਾਂਦਾ ਐਬਸੋਲੂਟਲੀ ਅੰਦਰ ਕੋਈ ਫਾਈਨਲ ਆਨਸਰ ਹੋਣਾ ਵੀ ਜ਼ਰੂਰੀ ਨਹੀਂ ਨਾ ਹਾਂ ਹਾਂ ਦੇਖੋ ਗੁਰਬਾਣੀ 95% ਮਨ ਦੇ ਬਾਰੇ ਆ ਸਾਡਾ ਸਮਾਜ ਕਈ ਗੱਲਾਂ ਅਲਾਉ ਨਹੀਂ ਕਰਦਾ ਅਸੀਂ ਇਸ ਕਰਕੇ ਹੁਣ ਹੌਲੀ ਹੌਲੀ ਅਲਾਉ ਹੋ ਰਹੀਆਂ ਸੀ ਗੱਲਾਂ ਕਰ ਰਹੇ ਆ ਬਟ ਗੁਰੂ ਸਾਹਿਬਾਨ ਸਾਡੀ ਮਾਨਸਿਕ ਅਵਸਥਾ ਸਾਡੀ ਮਤਲਬ ਦੁਨੀਆ ਦੀ ਸਮਝਦੇ ਨੇ ਇਸ ਕਰਕੇ ਉਹਨਾਂ ਚੀਜ਼ਾਂ ਨਾਲ ਉਹ ਸ਼ਬਦਾਂ ਤੋਂ ਇਸ਼ਾਰੇ ਦੇ ਕੇ ਸਮਝਾ ਰਹੇ ਨੇ ਭਾਵੇਂ ਅਸੀਂ ਅਜੇ ਗੱਲ ਕਰਨ ਜੋਗੇ ਨਾ ਹੋਈਏ ਅਸੀਂ ਗੱਲ ਕਰਨ ਲੱਗੇ ਅਸ਼ਲੀਲ ਹੋ ਜਾਂਦੇ ਆ ਅਸੀਂ ਗੱਲ ਕਰਨ ਲੱਗੇ ਗੁੱਸੇ ਹੋ ਜਾਂਦੇ ਆ ਬਟ ਮਨ ਦੇ ਵਿੱਚ ਤਾਂ ਸਵਾਲ ਹੈ ਨਾ ਜੇ ਤੁਸੀਂ ਜ਼ੁਬਾਨ ਤੇ ਨਹੀਂ ਲਿਆ ਪਾਰ ਠੀਕ ਤਰ੍ਹਾਂ ਗੱਲ ਕਰਨ ਲਈ ਫਿਰ ਉਹਦੀ ਟ੍ਰੇਨਿੰਗ ਲਾਓ ਕਿਉਂਕਿ ਉਹ ਵੀ ਗੁਰੂ ਸਾਹਿਬ ਨੇ ਦੱਸਿਆ ਜੇ ਕੋ ਆਖਿਆ ਬੋਲ ਵਿਗਾੜ ਤਾਂ ਲਿਖੀਏ ਸਿਰਗਾਵਾ ਰਗਾਵਾ ਸੋ ਉਹ ਟ੍ਰੇਨਿੰਗ ਕੀ ਹੈ ਕਿ ਗੁਰੂ ਸਾਹਿਬ ਨੂੰ ਸਾਡੀ ਮਾਨਸਿਕਤਾ ਦੀ ਸਮਝ ਆ ਹਿਊਮਨ ਸਾਈਕੀ ਦੀ ਸਮਾਜੀਨੀਏ ਉਹਦੇ ਨਾਲੋਂ ਆਪ ਨੇ ਜੱਠ ਰਹੇ ਨੇ ਤੇ ਫਿਰ ਉਹ ਟ੍ਰੇਨ ਕਰ ਰਹੇ ਨੇ ਸੋ ਇਸੇ ਤਰ੍ਹਾਂ ਸਾਨੂੰ ਵੀ ਸਮਝਣ ਦੀ ਲੋੜ ਆ ਕਿ ਅਸੀਂ ਆਪਣੇ ਪ੍ਰੋਗਰਾਮ ਵਿੱਚ ਇਹਦਾ ਕੁਝ ਅੰਸ਼ ਜਿਹੜੇ ਅਸੀਂ ਸਿੱਖ ਲਏ ਨੇ ਜਾਂ ਜਿਨ੍ਹਾਂ ਨੂੰ ਅਸੀਂ ਐਕਸਪਲੋਰ ਕਰ ਰਹੇ ਹਾਂ ਉਹਨਾਂ ਦੀ ਗੱਲ ਵੀ ਕਰੀ ਦੀ ਆ ਤੁਹਾਡੇ ਤੋਂ ਇੱਕ ਗੱਲ ਮੈਂ ਸਿੱਖੀ ਸੀ ਜਿੱਤੇ ਮੈਂ ਯਤਨ ਕਰ ਰਹੇ ਹਾਂ ਪੋਜ਼ਿਟਿਵਿਟੀ ਵਾਲੇ ਆਈ ਡੋਨਟ ਕੇਅਰ ਕਿ ਸ਼੍ਰੋਮਣੀ ਕਮੇਟੀ ਕੀ ਕਰ ਰਹੀ ਹੈ ਅਕਾਲ ਤਖਤ ਕੀ ਕਰ ਰਿਹਾ ਹੈ ਡਿਊਟੀ ਤਾਂ ਵੈਸੇ ਮੈਂ ਐਕਟੀਵਿਟੀ ਵਾਲੇ ਫਿਰ ਨਹੀਂ ਜਾ ਰਿਹਾ ਡਿਊਟੀ ਦਾ ਬੰਦੀ ਸੀ ਕੋਈ ਇੰਟੈਲੈਕਟ ਪੈਦਾ ਕਰਦੇ ਹੋ ਕੋਈ ਵਿਦਵਾਨ ਪੈਦਾ ਕਰਦੇ ਪਰ ਉੱਥੇ ਉਹ ਗੱਲ ਨਹੀਂ ਹੋ ਸਕਦੀ ਜਿਹੜਾ ਸਿੱਖਰੀ ਦੇ ਵਿੱਚ ਤੁਹਾਡੇ ਵਰਗੇ ਇੰਟੈਲੈਕਚੁਅਲ ਨੇ ਵਰਲਡ ਵਾਈਡ ਤੁਹਾਡੀ ਟੀਮ ਦੇ ਵਿੱਚ ਜਿਹੜੇ ਕੰਮ ਕਰ ਰਹੇ ਨੇ ਸਿੱਖ ਜਿਹੜੇ ਸਿਖਾਉਣ ਦਾ ਯਤਨ ਕਰ ਰਹੇ ਨੇ ਕਿ ਅਸਲ ਦੇ ਵਿੱਚ ਸਿੱਖੀ ਦਾ मीनिंग ਕੀ ਹੈ ਇਹਦੇ ਨਾਲ ਇੱਕ ਰੀਸੈਂਟਲੀ ਬੜੀ ਵੱਡੀ ਕੰਟਰੋਵਰਸੀ ਪੈਦਾ ਹੋਈ ਹੈ ਉਹ ਜੇ ਤੁਸੀਂ ਕਿਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਜਾਂ ਸਕੱਤਰ ਨੂੰ ਪੁੱਛੋ ਤਾਂ ਵਿਚਾਰੇ ਬਹੁਤ ਐਸੀਆਂ ਚੀਜ਼ਾਂ ਬਾਰੇ ਜਾਣਦੇ ਨਹੀਂ 유ਨੀਫਾਰਮ ਸਿਵਲ ਕੋਡ ਦਾ ਬੜਾ ਚਰਚਾ ਹੋ ਰਹੀ ਆ ਕੀ ਹੈ ਇਹਦੀ ਥੋੜੀ ਜੀ ਵਿਸਤਾਰ ਦੇ ਵਿੱਚ ਜਾਣਕਾਰੀ ਦਿਓ ਇਹਦਾ ਭਾਰਤ ਦੇ ਉੱਤੇ ਕੀ ਅਸਰ ਪਏਗਾ ਇਹਦਾ ਸਿੱਖਾਂ ਦੇ ਉੱਤੇ ਕੀ ਅਸਰ ਪਏਗਾ ਨੇੜ ਭਵਿੱਖ ਦੇ ਵਿੱਚ ਇਹਦੇ ਨਤੀਜੇ ਕਿਹੋ ਜਿਹੇ ਆ ਸਕਦੇ ਆ ਕਿਉਂਕਿ ਇਹਦੇ ਬਾਰੇ ਤਾਂ ਬਹੁਤੇ ਨੂੰ ਪਤਾ ਹੀ ਨਹੀਂ ਸਿਰਫ ਇੰਨਾ ਹੀ ਪਤਾ ਲੱਗ ਰਿਹਾ ਯੂਨੀਫਾਰਮ ਸਿਵਲ ਕੋਡ ਯੂਨੀਫਾਰਮ ਸਿਵਲ ਕੋਡ ਤੇ ਬਾਰੇ ਗਿਆਨ ਨੇ ਪਲੀਜ਼ ਤੁਹਾਡੇ ਤੋਂ ਬਿਹਤਰ ਕੌਣ ਦੱਸ ਸਕਦਾ ਨਹੀਂ ਦੱਸ ਸਕਦੇ ਨੇ ਜੀ ਪਹਿਲੀ ਗੱਲ ਮੈਂ ਇੱਥੇ ਕਹਾ ਕਿ ਅਸੀਂ ਤਾਂ ਇੰਟੈਲੈਕਚੁਅਲ ਵੀ ਨਹੀਂ ਹੈਗੇ ਨਾ ਅਸੀਂ ਸਕਾਲਰਾਂ ਅਸੀਂ ਤਾਂ ਸਿੱਖ ਨਜ਼ਰੀਏ ਨੂੰ ਸਮਝਣ ਦੀ ਐਕਸਪਲੋਰ ਕਰਨ ਦੀ ਤੇ ਉਹਦੇ ਬਾਰੇ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਆਂ ਸਿੱਖੀ ਤਾਂ ਬੜਨਾ ਔਖਾ ਹੈ ਇਹ ਤਾਂ ਮੁਸ਼ਕਲ ਚੱਲਦੀ ਹੈ ਅਸੀਂ ਵੱਧ ਰਹੇ ਆ ਹਾਈਨ ਫੈਕਟ ਅਸੀਂ ਕਹਿੰਦੇ ਵੀ ਆਂ ਸਿਰਫ ਕਹਿੰਦੇ ਨਹੀਂ ਫੀਲ ਕਰਦੇ ਆਂ ਜੀ ਕਿ ਵੀ ਆਰ ਵਰਕ ਇਨ ਪ੍ਰੋਗਰੈਸ ਜੀ ਯੂ نو ਵੀ ਆਰ ਆਲ ਵਰਕਸ ਇਨ ਪ੍ਰੋਗਰੈਸ ਜੀ ਸੋ ਇਹਦਾ ਮਤਲਬ ਇਹ ਨਹੀਂ ਕਿ ਸ਼ਰੋਮੇਟਿਕ ਕਮੇਟੀ ਚ ਕੋਈ ਨਹੀਂ ਉਹਦੇ ਬਾਰੇ ਸੋਚ ਰਿਆ ਸ਼ਰੋਮੇਟਿਕ ਕਮੇਟੀ ਦੀ ਆਪਣੀ ਪੋਲਿਟਿਕਸ ਆ ਇਹਦਾ ਮਤਲਬ ਇਹ ਨਹੀਂ ਕਿ ਪੰਜਾਬ ਵਿੱਚ ਜਾਂ ਸਿੱਖਾਂ ਵਿੱਚ ਕੋਈ ਨਹੀਂ ਸੋਚਦਾ ਸਾਡੇ ਨੂੰ ਜਿਹੜੇ ਸੋਚਦੇ ਨੇ ਜਾਂ ਉਹਨਾਂ ਦੀ ਗੱਲ ਪੂਰੀ ਬਾਹਰ ਨਹੀਂ ਆ ਪਾਂਦੀ ਤੇ ਜੇ ਆ ਜਾਂਦੀ ਹੈ ਉਹ ਪੋਲਿਟਿਸਾਈਜ਼ ਹੋ ਜਾਂਦੀ ਹੈ ਉਹਨੂੰ ਅਸੀਂ ਨੋਆンス ਨਹੀਂ ਕਰ ਪਾਉਂਦੇ ਸਮਝਾ ਨਹੀਂ ਪਾਉਂਦੇ ਸੋ ਇੱਕ ਨਜ਼ਰ ਤੁਸੀਂ ਇਹ ਬਹੁਤ ਵਧੀਆ ਸਵਾਲ ਉਠਾਇਆ ਕਿਉਂਕਿ ਦੇਖੋ ਇਹ ਰੌੜਾ ਹੀ ਪਿਆ ਅਜੇ ਤੇ ਰੌੜਾ ਪਾ ਕੌਣ ਰਿਹਾ ਇਹ ਸਮਝਣਾ ਜ਼ਰੂਰੀ ਆ ਤੇ ਇਹਦੇ ਉੱਤੇ ਸਿੱਖਾਂ ਦਾ ਕੀ ਇੰਪੈਕਟ ਹੋਊਗਾ ਜਿਹੜੇ ਸਾਰੇ ਨਾਗਰਿਕ ਨੇ ਹਿੰਦੁਸਤਾਨ ਦੇ ਭਾਰਤ ਦੇ ਇੰਡੀਆ ਦੇ ਹੁਣ ਕਿਹੜਾ ਲਬਜ ਬਣਨਾ ਇਹ ਵੀ ਇੱਕ ਪੋਲਿਟਿਕਲ ਗੱਲ ਹੋ ਗਈ ਆ ਆਪਾਂ ਉਧਰ ਵੱਲ ਨਹੀਂ ਜਾਂਦੇ ਉਹ ਇਹ ਕਿਉਂ ਹੈਗਾ ਦੇਖੋ ਇਹ ਸਰਕਾਰ ਨੇ ਬੀਜੇਪੀ ਐਡਮਿਨਿਸਟ੍ਰੇਸ਼ਨ ਜਿਹੜੀ ਇੰਡੀਆ ਦੀ ਇਸ ਵੇਲੇ ਰੰਗ ਕਰ ਰਹੀ ਆ ਇੰਡੀਆ ਨੂੰ ਉਹਨਾਂ ਨੇ ਇਹ ਪੇਸ਼ ਕੀਤਾ ਇਨਫੈਕਟ ਜ਼ਿਆਦਾਤਰ ਲੋਕ ਇਹਨੂੰ ਯੂਸੀਸੀ ਕਹਿ ਰਹੇ ਨੇ ਇਹਦੀ ਵੀ ਦੇਖੋ ਕਿੰਨੀ ਵੱਡੀ ਪੋਲਿਟਿਕਸ ਆ ਐਕਚੁਅਲ ਟਰਮ ਹੈਗਾ ਯੂਨੀਫਾਰਮ ਸਿਵਲ ਕੋਡ ਬਟ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਵੀ ਤੇ ਸਟੋਰੀਜ਼ ਵਿੱਚ ਵੀ ਕੋਈ ਉਹਨੂੰ ਯੂਨੀਵਰਸਲ ਬੋਲੀ ਜਾ ਰਿਹਾ ਕੋਈ ਉਹਨੂੰ ਯੂਨਾਈਟਿਡ ਵੀ ਬੋਲੀ ਜਾ ਰਿਹਾ ਓਕੇ ਯੂਨਾਈਟਿਡ ਤੇ ਯੂਨੀਵਰਸਲ ਤਾਂ ਬੜੀ ਡਿਫਰੈਂਟ ਚੀਜ਼ ਹੈ ਯੂਨੀਫਾਰਮ ਹੁੰਦੀ ਹੈ ਜਿਹਨੂੰ ਮੈਨੂੰ ਹੁਣ ਮਹਾਕਵੀ ਸੰਤੋਖ ਸਿੰਘ ਠੀਕ ਹੈ ਉਹ ਕੰਟਰੋਵਰਸ਼ਨਲ ਨੇ ਕੰਟਰੋਵਰਸੀ ਹੋਣੀ ਕੋਈ ਪ੍ਰੋਬਲਮ ਨਹੀਂ ਹੁੰਦੀ ਗੱਲ ਸਮਝਣੀ ਜ਼ਰੂਰੀ ਹੁੰਦੀ ਆ ਉਹਨਾਂ ਨੇ ਜੋ ਪੰਜਵੇਂ ਪਾਸ਼ਾ ਦੀ ਸ਼ਹਾਦਤ ਬਾਰੇ ਲਿਖਿਆ ਨਾ ਉਹਦੇ ਨਾਲ ਮੈਂ ਜੋੜਨਾ ਹੈ ਕਿ ਉਹਨਾਂ ਨੇ ਲਿਖਿਆ ਕਿ ਛਾਏ ਜਾਂਦੀ ਇਕਤਾ ਅਨੇਕਤਾ ਬਿਲਾਏ ਜਾਂਦੀ ਇਹ ਯੂਨੀਫਾਰਮ ਵਰਡ ਕੋ 14 ਦਾ ਇਕਤਾ ਦਾ ਮਤਲਬ ਯੂਨਿਟੀ ਨਹੀਂ ਹੈ ਜੇ ਮੈਂ ਅੱਜਕੱਲ ਆਪਾਂ ਲੈਂਦੇ ਆ ਉਹ ਹੈਗੀ ਯੂਨੀਫਾਰਮਿਟੀ ਮਤਲਬ ਸਾਰੇ ਇੱਕੋ ਜਿਹੇ ਬਣਾ ਦਿੱਤੇ ਜਾਣ ਓਕੇ ਇਹ ਸਾਰੇ ਇੱਕੋ ਜੇ ਬਣਾਉਣ ਵਾਲੇ ਕੌਣ ਗੱਲ ਕਰਦਾ ਕਿਹੜੇ एंपਾਇਰਸ ਕਿਹੜੀਆਂ ਇੰਡਸਟਰੀਜ ਕਰਦੀਆਂ ਜਿਹੜੀਆਂ ਐਕਸਟ੍ਰੀਮ ਰਾਈਟ ਤੇ ਅਥੋਰਿਟਰੀਅਨ ਹੁੰਦੀਆਂ ਨੇ ਸੋ ਇਹ ਤਾਂ ਡਾਇਵਰਸਿਟੀ ਖਤਮ ਕਰਨ ਦੀ ਕਰਨਾ ਦੇ ਨਾ ਇਹ ਤਾਂ ਸੋ ਇਹ ਨਾ ਯੂਨੀਵਰਸਲ ਨਾ ਯੂਨਾਈਟ ਕੀਤਾ ਜਾ ਰਿਹਾ ਹਿੰਦੁਸਤਾਨ ਦੇ ਨਾਗਰਿਕਾਂ ਨੂੰ ਇੰਡੀਆ ਦੇ ਸਿਟੀਜ਼ਨਸ ਨੂੰ ਇਹ ਤਾਂ ਇੱਕ ਯੂਨੀਫਾਰਮ ਕੋਡ ਸਿਵਲ ਲੈਵਲ ਤੇ ਬਣਾਇਆ ਜਾ ਰਿਹਾ ਇਹਦੀ ਪਹਿਲੀ ਗੱਲ ਇਹ ਸਮਝਣ ਦੀ ਲੋੜ ਹੈ ਜੀ ਦੂਸਰੀ ਇਹਦੇ ਨਾਲ ਮੈਂ ਇੱਕ ਹੋਲ ਜੋੜਨਾ ਇਹਦੀ ਡਿਬੇਟ ਜਨਰਲ ਇਹਦਾ ਜਿਹੜਾ ਡਰਾਫਟ ਵੀ ਨਹੀਂ ਆਇਆ ਮੈਂ ਉਹੀ ਕਹਿ ਰਿਹਾ ਵੀ ਇੰਨੀ ਕੰਟਰੋਵਰਸੀ ਕਿਉਂ ਕੋਈ ਡਰਾਫਟ ਨਹੀਂ ਆਇਆ ਕੋਈ ਇਹਦਾ ਕਾਨੂੰਨੀ ਪਾਸ ਹੋਇਆ ਕਾਨੂੰਨ ਨਹੀਂ ਬਣਿਆ ਇੰਨੀ ਚਰਚਾ ਦੁਨੀਆ ਭਰ ਦੇ ਵਿੱਚ ਹੋ ਰਹੀ ਕਿਉਂ ਚਰਚਾ ਕਾਨੂੰਨ ਤੋਂ ਪਹਿਲਾਂ ਹੀ ਜ਼ਰੂਰੀ ਹੈ ਬਟ ਚਰਚਾ ਕਰਨ ਲਈ ਤੁਹਾਡਾ ਨਮੂਨਾ ਚਾਹੀਦਾ ਨਾ ਡਰਾਫਟ ਚਾਹੀਦਾ ਸੋ ਨਮੂਨਾ ਜੇ ਦਿੱਤਾ ਨਹੀਂ ਸਾਡੇ ਕੋਲ ਸੋ ਇੱਥੇ ਮੈਂ ਥੋੜਾ ਜਿਹਾ ਇੱਕ ਟੈਕਨੀਕਲ ਹੁੰਣ ਤੋਂ ਪਹਿਲਾਂ ਇੱਕ ਗੱਲ ਹੋਰ ਕਰਦਾ ਚਰਚਾ ਕਰ ਕੌਣ ਰਿਹਾ ਸੋ ਚਰਚਾ ਐਡਮਿਨਿਸਟ੍ਰੇਸ਼ਨ ਕਰ ਰਹੀ ਹੈ ਕਿ ਅਸੀਂ ਇਹ ਦੇ ਵਿੱਚ ਇਕਵੈਲਿਟੀ ਤੇ ਰਿਫਾਰਮ ਲਿਆ ਰਹੇ ਹਾਂ ਓਕੇ ਇਹ ਗੱਲ ਸਮਝਣ ਵਾਲੀ ਹੈ ਹਮ ਮੰਨ ਲਈ ਗੱਲ ਜੀ ਕੌਣ ਨਹੀਂ ਕਹੂਗਾ ਕਿ ਕੁਆਲਿਟੀ ਨਹੀਂ ਚਾਹੀਦੀ ਕੌਣ ਨਹੀਂ ਕਹੂਗਾ ਕਿ ਰਿਫਾਰਮ ਨਹੀਂ ਚਾਹੀਦਾ ਰਿਫਾਰਮ ਨਹੀਂ ਚਾਹੀਦਾ ਬਿਲਕੁਲ ਬੜ ਗੱਲ ਇਹ ਸਮਝਣ ਵਾਲੀ ਹੈ ਕਿ ਇਸ ਐਡਮਿਨਿਸਟ੍ਰੇਸ਼ਨ ਨੇ ਨਾ ਮੈਰਿਜ ਇਕਵੈਲਿਟੀ ਤੇ ਕੋਈ ਕੰਮ ਕਰਾਇਆ ਹੁਣ ਤੱਕ ਨਾ ਇਕਵਲ ਰਾਈਟਸ ਤੇ ਕੰਮ ਕਰਾਇਆ ਉਹ ਤਾਂ ਬਲਕਿ ਇਹਨਾਂ ਨੇ ਲਏ ਨੇ ਵਾਪਸ ਇਹ ਗੱਲ ਸਮਝਣ ਵਾਲੀ ਹੈ ਸੋ ਜਦ ਇਕਵਲਟੀ ਤੇ ਵਿਮਨਸ ਰਾਈਟ ਹੁਣ ਤੱਕ ਮੈਰਿਜ ਦੇ ਵਿੱਚ ਰੇਪ ਦੇ ਬਾਰੇ ਕੋਈ ਕੰਮ ਨਹੀਂ ਹੋਇਆ ਹੁਣ ਤੱਕ ਸਮਲਿੰਗੀ ਜਾਂ ਹੋਮੋਸੈਕਸ਼ੁਅਲ ਮੈਰਿਜਸ ਬਾਰੇ ਇਹਨਾਂ ਨੇ ਰਿਮੂਵ ਕਰਾਇਆ ਹੋਇਆ ਹੁਣ ਤੱਕ ਜਿਹੜਾ ਦਰੋਪਦੀ ਵਿਵਾਦੀ ਗੱਲਾਂ ਨੇ ਮਤਲਬ ਇਸਲਾਮਿਕ ਮੈਰਿਜਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਜਾਣ ਕੇ ਕਰ ਰਿਹਾ ਕਿਉਂਕਿ ਲਾਰਜੈਸਟ ਪੋਪੂਲੇਸ਼ਨ ਇੰਡੀਆ ਦੇ ਹਿੰਦੂ ਹੈਗੇ ਨੇ ਜਿਹੜੇ ਉਹਨਾਂ ਦੇ ਵਿੱਚ ਮੈਰਿਜ ਦੇ ਅੰਕਲ ਨੀਸ ਮੈਰਿਜ ਦੇ ਬਾਰੇ ਇਹਨਾਂ ਨੇ ਕੁਝ ਨਹੀਂ ਕੀਤਾ ਹੁਣ ਤੱਕ ਇਹ ਸਾਨੂੰ ਪਤਾ ਨਹੀਂ ਕਈ ਚੀਜ਼ਾਂ ਬਟ ਇਹ ਲੀਗਲ ਲੈਵਲ ਤੇ ਅਵੇਲੇਬਲ ਨੇ ਤੇ ਯੂਜ਼ ਹੋ ਰਹੀਆਂ ਨੇ ਇੰਡੀਆ ਵਿੱਚ ਯੂਜ਼ ਹੋ ਰਹੀਆਂ ਨੇ ਐਬਸੋਲੂਟਲੀ ਹੋ ਰਹੀਆਂ ਨੇ ਇਹਦੇ ਬਾਰੇ ਸਪੈਸ਼ਲ ਰਿਫਾਰਮ ਕਮੇਟੀਆਂ ਬਣ ਕੇ ਰਿਪੋਰਟ ਛਪੀਆਂ ਹੋਈਆਂ ਨੇ ਬਟ ਉਹ ਤਾਂ ਜਿਹੜੇ ਰਾਈਟਸ ਦੇਣ ਦੀ ਗੱਲ ਆ ਉਹ ਤਾਂ ਹੁਣ ਤੱਕਰ ਹੋਈ ਨਹੀਂ ਤੇ ਆਲ ਦਾ ਸੱਡਨ ਇਹ ਕਿਉਂ ਥੋਪਿਆ ਗਿਆ ਇੱਕ ਪੋਲਿਟਿਕਲ ਰੀਜ਼ਨ ਵੀ ਹੋ ਸਕਦਾ ਸੋ ਪਹਿਲਾ ਗੱਲ ਐਡਮਿਨਿਸਟ੍ਰੇਸ਼ਨ ਦੇ ਐਂਗਲ ਤੋਂ ਹੀ ਸਮਝਣਾ ਕਿ ਆਈਡੀਆ ਨਹੀਂ ਮਾੜਾ ਬਟ ਆਈਡੀਆ ਦੇ ਪਿੱਛੇ ਇੰਟੈਂਸ਼ਨ ਤੇ ਇੰਟੈਂਸ਼ਨ ਦੇ ਪਿੱਛੇ ਜੋ ਟਰੈਕ ਰੈਕੋਰਡ ਆ ਉਹ ਸਾਨੂੰ ਤੰਗ ਕਰ ਰਿਹਾ ਸਿੱਧੀ ਗੱਲ ਸਾਰੇ ਇੰਡੀਆ ਦੇ ਬੰਦਿਆਂ ਨੂੰ ਇਹ ਤੰਗ ਕਰ ਰਿਹਾ ਜੇ ਯੂਨਿਟੀ ਦੀ ਇਕਵਲਟੀ ਦੀ ਗਲਬਤ ਹੋ ਰਹੀ ਹੈ ਤੰਗ ਕਿਉਂ ਕਰ ਰਿਹਾ ਮੈਂ ਹੋਰ ਦੱਸ ਕੇ ਹਟਿਆ ਕਿਉਂਕਿ ਜਿਹੜੇ ਰਾਈਟਸ ਮਿਲਨੇ ਚਾਹੀਦੇ ਨੇ ਵੂਮਨ ਨੂੰ ਤੇ ਜਿਹੜੇ ਰਾਈਟ ਮਿਲਨੇ ਚਾਹੀਦੇ ਨੇ ਮਾਈਨੋਰਿਟੀ ਕਮਿਊਨਿਟੀਆਂ ਨੂੰ ਉਹਦੀ ਕੋਈ ਗੱਲ ਨਹੀਂ ਉਹ ਤਾਂ ਵਾਪਸ ਲੈ ਹੋਏ ਨੇ ਸੈਕੰਡ ਗੱਲ ਚਰਚਾ ਸੋ ਇੱਕ ਆ ਰਹੀ ਹੈ ਬੀਜੇਪੀ ਤੇ ਉਹਦੇ ਮਨਿਸਟਰਸ ਤੇ ਉਸ ਪਾਰਟੀ ਤੋਂ ਹੂੰ ਦੂਸਰੀ ਚਰਚਾ ਆ ਰਹੀ ਹੈ 올 ਇੰਡੀਆ ਮੁਸਲਮ ਬੋਰਡ ਤੋਂ ਹੁਣ ਇਹ ਵੀ ਗੱਲ ਸਮਝਣ ਵਾਲੀ ਆ ਇਹਦਾ ਮਤਲਬ ਕਿ ਉਹਨਾਂ ਨੂੰ ਇਹ ਲੱਗ ਰਿਹਾ ਹੈ ਤਾਂ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਸੋ ਸਿਰਫ ਚਰਚਾ ਤੁਸੀਂ ਜਾਓਗੇ ਆਨਲਾਈਨ ਵੀ ਪ੍ਰਾਇਮਰਲੀ ਸਿਰਫ ਕਹਿਣਾ ਗਲਤ ਹੋ ਜੂ ਉਹ ਇਹਨਾਂ ਦੋਨਾਂ ਗਰੁੱਪ ਦੀ ਚੱਲ ਰਹੀ ਆ ਉਹਨਾਂ ਨੂੰ ਇਹ ਗੱਲ ਲੱਗਦੀ ਵੀ ਆ ਕਿਉਂਕਿ ਮੁਸਲਮਾਨਾਂ ਦੇ ਖਿਲਾਫ ਇਸ ਐਡਮਿਨਿਸਟ੍ਰੇਸ਼ਨ ਦੇ ਟਰੈਕ ਰეკਾਰਡ ਤਾਂ ਹੈ ਸੋ ਮੁਸਲਮਾਨਾ ਨੂੰ ਲੱਗ ਰਿਹਾ ਇਹ ਹੁਣ ਸਾਡੇ ਧਰਮ ਵਿੱਚ ਜ਼ਕਰ ਅੰਦਾਜ਼ੀ ਕਰਨਗੇ ਸਾਨੂੰ ਦੱਸਣਗੇ ਕਿਉਂਕਿ ਕੋਰਟ ਕੀ ਕਰਦਾ ਕੋਰਟ ਹੁੰਦਾ ਕਿ ਵਿਆਹ ਦੇ ਕੀ ਕਾਨੂੰਨ ਨੇ ਓਕੇ ਪ੍ਰਾਪਰਟੀ ਰਾਈਟਸ ਤੇ ਕੀ ਕਾਨੂੰਨ ਨੇ ਜੇ ਡਿਵੋਰਸ ਹੋਊਗਾ ਉਹਦਾ ਕਿਹੜੇ ਕਾਨੂੰਨ ਦੇ ਹੱਕ ਥੱਲੇ ਹੋਊ ਜੀ ਕੋਰਟ ਹੁਣ ਗੱਲ ਸਾਰੀ ਆ ਗਈ ਪੈਸੇ ਦੀ ਤੇ ਵਿਆਹ ਦੀ ਹੋਰ ਬਚਿਆ ਕੀ ਪ੍ਰਾਪਰਟੀਆਂ ਉਹਦੇ ਨਾਲ ਹੀ ਜੁੜੀਆਂ ਨੇ ਨਾ ਜਦ ਤੂੰ ਕਿਸੇ ਦੀ ਮੌਤ ਹੁੰਦੀ ਆ ਜਾਂ ਡਿਵੋਰਸ ਹੁੰਦਾ ਫਿਰ ਡਿਸਟ੍ਰਿਬਿਊਸ਼ਨ ਹੁੰਦੀ ਆ ਕੁੜੀ ਨੂੰ ਕਿੰਨਾ ਇਸ ਸਮੇਂ ਨੂੰ ਮੁੰਡੇ ਨੂੰ ਮੁੱਲ ਕੁੜੂ ਤਾਂ ਦਿੰਦੇ ਹੀ ਨਹੀਂ ਸੋ ਹੋਰ ਰਿਫਾਰਮ ਤਾਂ ਹੋਈਆਂ ਨਹੀਂ ਸੋ ਇਹਦੀ ਡਿਬੇਟ ਬਣ ਗਈ ਹੈ ਮੁਸਲਮਾਨਾ ਦੇ ਨਾਲ ਬੀਜੇਪੀ ਦੀ ਇਹ ਆਪਣੇ ਆਪ ਚ ਨੈਕਸਟ ਇਅਰ ਦੇ ਇਲੈਕਸ਼ਨ ਦੀ ਤਿਆਰੀ ਵੀ ਹੈ ਇੱਥੇ ਦੇਖੋ ਇਹਨੂੰ ਕਿਉਂਕਿ ਅਗਲੇ ਸਾਲ ਨੈਸ਼ਨਲ ਇਲੈਕਸ਼ਨ ਨੇ ਇੰਡੀਆ ਚ ਉੱਥੇ ਕੋਈ ਇਸ਼ੂ ਦਿਖ ਨਹੀਂ ਰਿਹਾ ਹੋਰ ਕਸ਼ਮੀਰ ਵਾਲਾ ਖਾਲਿਸਤਾਨ ਵਾਲਾ ਨਾਰਥ-ਈਸਟ ਵਾਲਾ ਉਹਨਾਂ ਨੇ ਬੜਾ ਕੁਝ ਟਰਾਈ ਕਰਕੇ ਦੇਖ ਲਿਆ ਫਾਰਮਰਸ ਪ੍ਰੋਟੈਸਟ ਵਾਲੇ ਵੀ ਕਰਕੇ ਦੇਖ ਲਿਆ ਹੁਣ ਇਹ ਇੱਕ ਇਸ਼ੂ ਵਿਦਆਊਟ ਅ ਡਰਾਫਟ ਡਿਸਕਸ ਹੋ ਰਿਹਾ ਸੋ ਇੱਕ ਜਿਹੜੀ ਸੈਕੰਡ ਲਾਰਜ ਦ ਲਾਰਜੈਸਟ ਮਿਨੋਰਿਟੀ ਇੰਡੀਆ ਦੀ ਮੁਸਲਮ ਅੱਗੇ ਨੇ ਉਹਨਾਂ ਦਾ ਜਿਹੜਾ ਨੈਸ਼ਨਲ ਬੋਰਡ ਹੈਗਾ ਉਹ ਬਹੁਤ ਚਿੰਤਾਤਾ ਸੋ ਚਰਚਾ ਹੋ ਰਹੀ ਹੈ ਇਸ ਐਂਗਲ ਤੇ ਮੋਸਟਲੀ ਜਿਹੜੀ ਲਾਰਜੈਸਟ ਤੁਸੀਂ ਜ਼ਿਕਰ ਕੀਤਾ ਕਿ ਮਿਨੋਰਟੀ ਹੈ ਜਿਹੜੀ ਇਸ ਵੇਲੇ ਸਭ ਤੋਂ ਮੁਸਲਮ ਇਹਦੇ ਉੱਤੇ ਇਫੈਕਟ ਹੋਣਾ ਜਾਂ ਇਹਨਾਂ ਦਾ ਰਿਐਕਟ ਕਰਨਾ ਇੱਕ ਅਲੱਗ ਚੀਜ਼ ਹੈ ਇਹਦੇ ਨਾਲ ਸਿੱਖਾਂ ਦੇ ਉੱਤੇ ਪ੍ਰਭਾਵ ਕਿਵੇਂ ਪਵੇਗਾ ਹਾਂ ਹੁਣ ਆਉਨੇ ਆ ਉੱਥੇ ਕਿਉਂਕਿ ਅਸੀਂ ਤਾਂ ਰਗੜੇ ਹੀ ਜਾਂਦੇ ਹਾਂ ਸ਼ੁਰੂ ਤੋਂ ਹੀ ਜੀ ਸਮੋਸਲੀ ਇਹ ਸਮਝਣਾ ਜ਼ਰੂਰੀ ਹੈ ਕਿ ਇੰਡੀਆ ਦੇ ਵਿੱਚ ਇਸ ਵੇਲੇ ਨਾ ਬੜੇ ਪਰਸਨਲ ਲਾਜ਼ ਨੇ ਜੇ ਤੁਹਾਡਾ ਪਰਸਨਲ ਲਾ ਨਾ ਕਮਿਊਨਿਟੀ ਦਾ ਤੁਹਾਡੇ ਮੈਰਿਜ ਤੇ ਡਿਸਟ੍ਰਿਬਿਊਸ਼ਨ ਤੇ ਡਿਵੋਰਸ ਤੇ ਪ੍ਰੋਪਰਟੀ ਰਾਈਟਸ ਤੁਸੀਂ ਨਹੀਂ ਤੁਹਾਡਾ ਆਪਣਾ ਨਹੀਂ ਹੋ ਸਕਦਾ ਫਿਰ ਤੁਹਾਨੂੰ ਕਲੱਬ ਕੀਤਾ ਹੋਇਆ ਹਿੰਦੂ ਮੈਰਿਜ ਐਕਟ ਥੱਲੇ ਜਿਵੇਂ ਹੋਰ ਗੱਲ ਸਮਝਣ ਵਾਲੀ ਹੈ ਬਟ ਸੋ ਮੁਸਲਮਾਨਾ ਦਾ ਆਪਣਾ ਪਰਸਨਲ ਲਾ ਹੁਣ ਦੇਖੋ ਪਾਰਸੀਆਂ ਦਾ ਆਪਣਾ ਸੋ ਇਟ ਇਜ਼ ਨਾਟ ਈਵਨ ਅਬਾਊਟ ਨੰਬਰਸ ਆਲਮੋਸਟ 100% ਟ੍ਰਾਈਬਲਸ ਦਾ ਨਹੀਂ ਬਟ 85% ਟ్రਾਈਬਲਸ ਦੇ ਆਪਣੇ ਲਾਜ਼ ਨੇ ਇੰਨਾਂ ਚੀਜ਼ਾਂ ਬਾਰੇ ਇਹ ਇੰਡੀਆ ਚ ਲਾਓ ਕੀਤੇ ਹੋਏ ਨੇ ਜੀ ਮੁਸਲਮਾਨਾਂ ਦਾ ਵੀ ਆਪਣਾ ਪਾਰਸੀਆਂ ਦਾ ਵੀ ਆਪਣਾ 크ਰਿਸਚੀਅਨਾਂ ਦਾ ਵੀ ਆਪਣਾ ਟ్రਾਈਬਲਸ ਦਾ ਵੀ ਆਪਣਾ ਬਟ ਸਿੱਖਾਂ ਦਾ ਆਪਣਾ ਸਹੀ ਆਨੰਦ ਮੈਰਿਜ ਐਕਟ 1909 ਬ੍ਰਿਟਿਸ਼ ਇੰਡੀਆ ਵਾਲਾ ਜੀ ਉਹਨੂੰ ਰਿਪੀਲ ਕਰਕੇ ਹਿੰਦੂ ਮੈਰਿਜ ਐਕਟ ਥੱਲੇ ਜੈਨਸ ਤੇ ਬੁੱਧਿਸਤ ਤੇ ਸਿੱਖਸ ਨੂੰ ਹਿੰਦੂ ਮੈਰਿਜ ਐਕਟ ਥੱਲੇ ਲਿਆਇਆ ਹੋਇਆ ਸੋ ਹੁਣ ਸਿੱਖਾਂ ਦਾ ਮਸਲਾ ਕੀ ਆ ਹਮ 20 ਸਾਲ ਪਹਿਲਾਂ ਮੈਨੂੰ ਯਾਦ ਆ 25 ਸਾਲ ਹੋ ਗਏ ਐਕਚੁਅਲੀ ਗੱਲ ਨੂੰ ਇਹ ਗੱਲ ਤੁਰ ਹੀ ਸੀ ਲੇਟ 90s ਦੇ ਵਿੱਚ ਮੈਂ ਆਪ ਉਹ ਕਨਵੈਨਸ਼ਨ اٹੈਂਡ ਕੀਤੀ ਜਿਹਦੇ ਵਿੱਚ ਸਿੱਖਾਂ ਦੇ ਇੱਕ ਸਮੂਹ ਨੇ ਦਿੱਲੀ ਵਿੱਚ ਇਹਦੀ ਪੂਰੀ ਕਨਵੈਨਸ਼ਨ ਕੀਤੀ ਕਿ ਸਾਡਾ ਆਪਣਾ ਪਰਸਨਲ ਲਾਅ ਚਾਹੀਦਾ ਕਿਉਂਕਿ ਜੇ ਤੁਹਾਡਾ ਪਰਸਨਲ ਲਾਅ ਨਹੀਂ ਆ ਫਿਰ ਤੁਹਾਨੂੰ ਕਿਸੇ ਹੋਰ ਕਮਿਊਨਿਟੀ ਦੇ ਹੋਰ ਰਿਲੀਜੀਅਸ ਕਮਿਟੀ ਦੇ ਲਾਅ ਥੱਲੇ ਲਿਆਇਆ ਜਾਂਦਾ ਉਹਨਾਂ ਨੇ ਹੁਣ ਤੱਕ ਉਹ ਲਾਅ ਨਹੀਂ ਕੀਤਾ ਇੱਕ ਸ਼ੋਸ਼ਾ ਜ਼ਰੂਰ ਕੀਤਾ ਸੀ ਸਾਨੂੰ ਮੈਰਿਜ ਸਰਟੀਫਿਕੇਟ ਦੇਣ ਲੱਗੇ ਉਹ ਕੁਝ ਸਾਲ ਪਹਿਲਾਂ ਜਿੱਥੇ ਲਿਖਿਆ ਜਾਂਦਾ ਆਨੰਦ ਮੈਰਿਜ ਐਕਟ ਬਟ ਉਹ ਸਿਰਫ ਸ਼ੋਸ਼ਾ ਕਿਉਂਕਿ ਜਦ ਤੁਹਾਡਾ ਡਿਵੋਰਸ ਹੋਣਾ ਜਦ ਤੁਹਾਡੇ ਵਿਆਹ ਦੀ ਕੋਈ ਗੱਲ ਹੋਣੀ ਜਦ ਤੁਹਾਡੀ ਪ੍ਰਾਪਰਟੀ ਡਿਸਟ੍ਰਿਬਿਊਟ ਹੋਣੀ ਉਹ ਹਿੰਦੂ ਮੈਰਿਜ ਅਕ ਥੱਲੇ ਹੀ ਹੋਊਗੀ ਤੇ ਹਿੰਦੂ ਪਰਸਨਲ ਲਾਅ ਹੀ ਅਪਲਾਈ ਕੀਤਾ ਜਾਓ ਹੁਣ ਸਿੱਖ ਇੱਥੇ ਫੇਰ ਚਿੰਤਤ ਨੇ ਤੁਸੀਂ ਦੇਖੋਗੇ ਸਿੱਖਾਂ ਦਾ ਇੱਕ ਸਮੂਹ ਆ ਜਿਹੜਾ ਇਹਦੇ ਬਾਰੇ ਪੂਰਾ ਚਿੰਤਤ ਆ ਪਿਛਲੇ ਮਹੀਨੇ ਦਾ ਜਦ ਦੀ ਇਹ ਗੱਲ ਤੁਰੀ ਆ ਜਾਂ ਉਛਾੜੀ ਗਈ ਆ ਜਾਂ ਵਿਚ ਸੱਟੀ ਗਈ ਆ ਉਹ ਲਗਾਤਾਰ ਇਹਦੇ ਬਾਰੇ ਮਿਲ ਰਹੇ ਨੇ ਮੇਰੇ ਕੋਲ ਵੀ ਆ ਰਹੇ ਆ ਕਿ ਦੱਸੋ ਜੀ ਪੁਰਾਣੇ ਲੇਖ ਮੈਂ ਚਾਰ ਪੰਜ ਕਿਤਾਬਾਂ ਇਕੱਠੀਆਂ ਕੀਤੀਆਂ ਤੇ ਉਹਨੂੰ ਭੇਜਿਆ ਹੈਗਾ ਜਗਮੋਨ ਸਿੰਘ ਟੋਨੀ ਨੰਨੇ ਕਹਿੰਦਾ ਉਹਨਾਂ ਦੇ ਨਾਲ ਵੀ ਇਹ ਗੱਲਬਾਤ ਚੱਲ ਰਹੀ ਹੈ ਦਿੱਲੀ ਵਿੱਚ ਵੀ ਇੱਕ ਮੀਟਿੰਗ ਕੀਤੀ ਗਈ ਆ ਕਿ ਇਹ ਇੱਕ ਮੌਕਾ ਜਾਂ ਤਾਂ ਐਕਚੁਅਲ ਰਿਫਾਰਮ ਹੋਵੇ ਵਿੱਚ एवरीवन ਨੋਜ਼ ਇਹ ਨਹੀਂ ਆ ਕਿਉਂਕਿ ਉਹ ਮੈਰਿਜਸ ਨੂੰ ਤੇ ਵਿਮਨਸ ਰਾਈਟ ਨੂੰ ਨਹੀਂ ਦੇ ਰਹੇ ਨੇ ਇਕਵੈਲਟੀ ਠੀਕ ਹੈ ਜੀ ਤੇ ਜੇ ਨਹੀਂ ਹੈਗੀ ਰਿਫਾਰਮ ਤਾਂ ਸਾਨੂੰ ਸਾਰਿਆਂ ਨੂੰ ਇੱਕ ਲਾਰਜਰ ਹਿੰਦੂ ਐਕਟ ਵਿਦਆਊਟ ਕਾਲਿੰਗ اٹ ਅ ਹਿੰਦੂ ਐਕਟ ਉਹਦੇ ਥੱਲੇ ਲੈਣ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ ਇਹ ਤਾਂ ਪਹਿਲਾਂ ਵੀ ਸੀ ਕਿਉਂਕਿ ਜਿਹੜਾ ਹੁਣ ਵੀ ਆਨੰਦ ਮੈਰਿਜ ਐਕਟ ਦੇ ਨਾਮ ਦੇ ਥੱਲੇ ਹੋ ਜੋ ਕੁਝ ਲਿਆਉ ਤਾਂ ਹਿੰਦੂ ਮੈਰਿਜ ਐਕਟ ਦੇ ਥੱਲੇ ਹੀ ਆ ਉਹੀ ਮੈਂ ਕਹਿ ਕੇ ਹਟਿਆ ਜੀ ਬਿਲਕੁਲ ਇਸੇ ਕਰਕੇ ਇਸੇ ਸੋ ਇਹ ਇੱਕ ਓਪਰਚੁਨਿਟੀ ਆ ਸਿੱਖਾਂ ਦੇ ਕੋਲ ਫੇਰ ਦੁਬਾਰਾ ਜਿਹੜਾ ਸੀ 25 ਸਾਲ ਪਹਿਲਾਂ ਕੱਲੇ ਕਰ ਰਹੇ ਸੀ ਨਾ ਸਾਡਾ ਵੀ ਬਣਾ ਦਿਓ ਐਂਡ ਬਾਏ ਦਾ ਵੇ ਸਾਨੂੰ ਇਹਦੇ ਚ ਪਾਕਿਸਤਾਨ ਦੇ ਵੀ ਰੌੜਾ ਮੈਂ ਉੱਥੇ ਵੀ ਇਹ ਰੌਲਾ ਪਾ ਕੇ ਆਇਆ ਮਿਨਿਸਟਰਸ ਨਾਲ ਗੱਲ ਕਰਕੇ ਆਇਆ ਦ ਰੀਜ਼ਨ ਸਾਡੀ ਉੱਥੇ ਕੋਈ ਪ੍ਰੋਟੈਕਸ਼ਨ ਹੈ ਨਹੀਂ ਉੱਥੇ ਹਿੰਦੂਆਂ ਦਾ ਹੀ ਹੈ ਪ੍ਰੋਟੈਕਸ਼ਨ ਸਿੱਖਾਂ ਲਈ ਕੋਈ ਪਰਸਨਲ ਲਾ ਨਹੀਂ ਪਾਕਿਸਤਾਨ ਚ ਵੀ ਨਹੀਂ ਪਰ ਉਹ ਕਹਿੰਦੇ ਬਣਾਤਾ ਉੱਥੇ ਨਾ ਉਹ ਸਿਰਫ ਇੱਕ ਮੈਰਿਜ ਦਾ ਸੀਗਾ ਪਰਸਨਲ ਲਾ ਦੇਖੋ ਅਗੇਨ ਯੂ ਹੈਵ ਟੂ ਅੰਡਰਸਟੈਂਡ ਇੱਕ ਹੁੰਦਾ ਸਰਟੀਫਿਕੇਟ ਲੈਣਾ ਗੱਲ ਪੂਰੀ ਦੁਨੀਆ ਵਿੱਚ ਤੁਹਾਡੇ ਘਰ ਵਿੱਚ ਸੰਸਥਾ ਵਿੱਚ ਕੰਮਾਂ ਵਿੱਚ ਜਦ ਰੌਲਾ ਪੈਂਦਾ ਨਾ ਫੇਰ ਕੀ ਕੀਤਾ ਜਾਵੇ ਅਸਲੀ ਗੱਲ ਤਾਂ ਉਹ ਹੁੰਦੀ ਨਾ ਰੌੜਾ ਕਿਸ ਵੇਲੇ ਪੈਂਦਾ ਜੇ ਡਿਵੋਰਸ ਹੁੰਦਾ ਰੌੜਾ ਕਿਸ ਵੇਲੇ ਹੁੰਦਾ ਜਦ ਕਿ ਅਸੀਂ ਡੈਥ ਹੁੰਦੀ ਪ੍ਰੋਪਰਟੀ ਡਿਸਟ੍ਰਿਬਿਊਟ ਹੋਣੀ ਤੇ ਉੱਥੇ ਜੇ ਤੁਹਾਡਾ ਲਾਅ ਹੈ ਨਹੀਂ ਉੱਥੇ ਤੁਹਾਨੂੰ ਕਿਸੇ ਹੋਰ ਦੇ ਲਾਅ ਥੱਲੇ ਰਿਲੀਜੀਅਸ ਲਾਅ ਥੱਲੇ ਹੀ ਲਿਆਇਆ ਜਾ ਰਿਹਾ ਫਿਰ ਤਾਂ ਇਫੈਕਟਿਵਲੀ ਤਾਂ ਕੁਝ ਵੀ ਨਹੀਂ ਹੈ ਨਾ ਇਹ ਤਾਂ ਸੈਰੇਮੋਨੀਆ ਲੈਗਾ ਇਹ ਜਿਹੜੀਆਂ ਇੰਨੀ ਬ੍ਰੇਕੀ ਵਾਲੀਆਂ ਗੱਲਾਂ ਸਰਦਾਰ ਖਰਿੰਦਰ ਸਿੰਘ ਜੀ ਤੁਸੀਂ ਕਰ ਰਹੇ ਹੋ ਇੱਕ ਕੰਮ ਤਾਂ ਸਾਡਾ ਵੱਡੀਆਂ ਸੰਸਥਾਵਾਂ ਦਾ ਬਣਦਾ ਸੀ ਸਾਡੇ ਜਿਹੜੇ ਲੀਡਰਸ਼ਿਪ ਬੈਠੀ ਹੈ ਉਹਨਾਂ ਦਾ ਬਣਦਾ ਸੀ 1909 ਦਾ ਆਨੰਦ ਮੈਰਜ ਐਕਟ ਹੈ ਜਿਹੜਾ ਉਹਨੂੰ ਇੰਪਲੀਮੈਂਟ ਕਰਨ ਦੇ ਲਈ ਬਕਾਇਦਾ ਕਈ ਵਾਰੀ ਕਈ ਸੂਬਿਆਂ ਦੇ ਵਿੱਚ ਇਸ ਵੇਲੇ ਜਿਹੜੇ ਭਾਜਪਾ ਦੇ ਵਿੱਚ ਬੈਠੇ ਸਾਡੇ ਮਨਜਿੰਦਰ ਸਿੰਘ ਸਰਸਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ ਉਹਨੇ ਜਾ ਕੇ ਜ਼ਿਕਰ ਕੀਤਾ ਕਿ ਨਹੀਂ ਅਸੀਂ ਤਾਂ ਆਨੰਦ ਮੈਰਜ ਐਕਟ ਲਾਗੂ ਕਰਿਆ ਚੰਡੀਗੜ੍ਹ ਦੇ ਵਿੱਚ ਲਾਗੂ ਹੋ ਗਿਆ ਤੇ ਕੱਲ ਭਗਵੰਤ ਮਾਨ ਸਾਹਿਬ ਦਾ ਐਲਾਨ ਵੀ ਆਇਆ ਸੀ ਕਿ ਅਸੀਂ ਪੰਜਾਬ ਦੇ ਵਿੱਚ ਇਹਨੂੰ ਲਾਗੂ ਕਰਨ ਦਾ ਯਤਨ ਕਰ ਰਹੇ ਹਾਂ ਦੇਖੋ ਇਹ ਹੈਗੀਆਂ ਪੋਲਿਟਿਕਿੰਗ ਤੇ ਸਲੋਗਨਿੰਗ ਆਪਾਂ ਸਾਰੇ ਇਹ ਕਰਦੇ ਆ ਆਪਣੇ ਸ਼ੋਅਾਂ ਤੇ ਤੇ ਆਪਣੇ ਗੁਰਦੁਆਰਿਆਂ 'ਚ ਤੇ ਆਪਣੇ ਪਲੇਟਫਾਰਮ 'ਤੇ ਜੀ ਮੈਂ ਗੱਲ ਕਰ ਰਿਹਾ ਅਸਲੀਅਤ ਵਿੱਚ ਪਿੱਛੇ ਕੀ ਚੱਲ ਰਿਹਾ ਤੇ ਇਹ ਗੱਲ ਦਾ ਮੈਂ ਨਹੀਂ ਇਹ ਗੱਲ ਦਾ ਜਿਹੜੇ ਇਹ ਗੱਲ ਕਰ ਰਹੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਗੱਲ ਇਹ ਹੈ ਦੇਖੋ ਜਿਹੜੇ ਹੁਣ ਮੈਂ ਹੁਣ ਸਿੱਖ ਨਜ਼ਰੀਏ ਨੂੰ ਮੈਕਰੋ ਲੈਵਲ ਤੋਂ ਆਇਆ ਤਾਂ ਮੈਂ ਡੀਟੇਲ ਚਲਾ ਗਿਆ ਥੋੜਾ ਜਿਹਾ ਜੇ ਵੈਸੇ ਇੰਨਾ ਡੀਟੇਲ ਵੀ ਨਹੀਂ ਗਿਆ ਜਦ ਮੈਂ ਉੱਪਰ ਉੱਠ ਕੇ ਰਹਾ ਤਾਂ ਇਹਦਾ ਫਰਕ ਕੀ ਹੈ ਇਹਦਾ ਨੁਕਸਾਨ ਇਹ ਹੋ ਰਿਹਾ ਕਿ ਹਿੰਦੁਸਤਾਨ ਦੇ ਨੈਸ਼ਨਲ ਇਲੈਕਸ਼ਨ ਦੇ ਲਈ ਇੱਕ ਹਿੰਦੂ ਤੇ ਮੁਸਲਮ ਨੂੰ ਬਾਇਫਰਕੇਟ ਕਰਕੇ ਇੱਕ ਰੌਲਾ ਪਵਾਇਆ ਗਿਆ ਯੂਨੀਫਾਰਮ ਸਿਵਲ ਕੋਡ ਦੇ ਰਾਹੀਂ ਉਹਦੇ ਵਿੱਚ ਸਾਰੇ ਹੀ ਇਫੈਕਟ ਹੋਣਗੇ ਹਿੰਦੂ ਹੈਗਾ ਸਿੱਖ ਹੈਗਾ ਮੁਸਲਮਾਨ ਹੈਗਾ ਟ్రਾਈਬਲ ਹੈਗਾ ਜੈਨ ਹੈਗਾ ਪਾਰਸੀ ਹੈਗਾ ਐਸਾਈ ਹੈਗਾ ਬੁੱਧਿਸਟ ਹੈਗਾ ਟ్రਾਈਬਲਸ ਹੈਗੇ ਤੇ ਲਾਰਜੇਸਟ ਇਸ਼ੂ ਕਿਨੂੰ ਆਊਗਾ ਰਿਲੀਜੀਅਸ ਮਾਈਨੋਰਟੀਜ਼ ਤੋਂ ਇਲਾਵਾ ਜਿਨ੍ਹਾਂ ਦੀ ਮੈਰिजੇਜ਼ ਨਹੀਂ ਕਬੂਲ ਕੀਤੀਆਂ ਜਾ ਰਹੀਆਂ ਪ੍ਰੋਪਰਲੀ ਜਿਵੇਂ ਫੋਰ ਐਗਜ਼ਾਮਪਲ ਮੁਸਲਮਾਨਾਂ ਉਹ ਕਹਿ ਰਹੇ ਨੇ ਕਿ ਅਸੀਂ ਮੁਸਲਮਾਨਾਂ ਦੇ ਜਿਹੜਾ ਤਲਾਕ ਉਹਨੂੰ ਰਿਫਾਰਮ ਕਰਨ ਲਈ ਕਰ ਰਹੇ ਨੇ ਦੇਖੋ ਮੁਸਲਮਾਨਾਂ ਨੇ ਕਿਹਾ ਸੀਗਾ ਕਿ ਤਲਾਕ ਜਿਹੜਾ ਟ੍ਰਿਪਲ ਤਲਾਕ ਆ ਨਾ ਉਹਨੂੰ ਰਿਫਾਰਮ ਕਰੋ ਇਹਨਾਂ ਨੇ ਉਹ ਕ੍ਰਿਮੀਨਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸੋ ਲੜਾਈ ਤਾਂ ਹੋਊਗੀ ਜਿਵੇਂ ਇਸਲਾਮਿਕ ਕੰਟਰੀਜ਼ ਇੰਨੇ ਨੇ ਬੜਿਆਂ ਨੇ ਰਿਫਾਰਮ ਕਰਕੇ ਸਿੰਗਲ ਮੈਰਿਜ ਵੀ ਕੀਤੀ ਹੈ ਬੜਿਆਂ ਨੇ ਜ ਨਹੀਂ ਕੀਤੀ ਉਹਨਾਂ ਦਾ ਅੰਦਰਲਾ ਮਸਲਾ ਜਿਵੇਂ ਸਾਡਾ ਅੰਦਰਲਾ ਮਸਲਾ ਕਿ ਹਿੰਦੁਸਤਾਨ ਦੀ ਰਾਜ ਸਭਾ 5-6 ਸਾਲ ਪਹਿਲਾਂ ਡੈਫੀਨੇਸ਼ਨ ਸਿੱਖ ਦੀ ਚੇਂਜ ਕਰਕੇ ਐਸਜੀਸੀ ਨੂੰ ਪੇਜ ਐਸਜੀਪੀਸੀ ਨੂੰ ਭੇਜ ਦਿੰਦੀ ਆ ਕਿ ਇੰਪਲੀਮੈਂਟ ਕਰੋ ਹੁਣ ਮਸਲਾ ਉਹ ਸਾਡਾ ਡਿਫਾਈਨ ਸਰਕਾਰ ਕਰ ਰਹੀ ਆ ਉਹ ਇਹ ਜਿਹੜਾ ਪੰਗਾ ਦਾ ਸੋ ਇੱਥੇ ਦੋ ਚਿੱਤਾਂ ਆਪਣ ਡਾਈਕਾਟੋਮੀ ਚੱਲ ਰਹੀ ਆ ਜਾਂ ਤਾਂ ਐਕਚੁਅਲ ਸੈਕੂਲਰ ਰਿਫਾਰਮ ਕਰੋ ਜਿਵੇਂ ਅਮਰੀਕਾ ਵਿੱਚ ਕੋਈ ਦੋ ਕੋਰਟ ਨਹੀਂ ਜਦ ਕੋਈ ਡਿਵੋਰਸ ਹੋ ਪ੍ਰੋਪਰਟੀ ਰਾਈਟ ਹੋ ਜਿਹੜਾ ਇੱਥੇ ਨੈਸ਼ਨਲ ਲਾ ਉਹੀ ਅਪਲਾਈ ਹੋ ਉਹਨੂੰ ਕੋਈ ਨਹੀਂ ਕਹਿੰਦਾ 크ਿਸਚਨ ਲਾ ਸਾਰੇ ਫਾਲੋ ਕਰ ਦਿੰਦੇ ਸੋ ਕਿਹਾ ਜਾਣਾ ਕਿ ਅਸੀਂ ਸੈਕੂਲਰ ਕੰਮ ਕਰ ਰਹੇ ਆ ਬਟ ਸਾਰਾ ਟਰੈਕ ਰੈਕਡ ਇਹ ਦਿਖਾ ਰਿਹਾ ਸੈਕੂਲਰਿਜ਼ਮ ਨਾਲ ਉਹਦਾ ਕੋਈ ਸੈਕੂਲਰਤਾ ਇੱਕ ਕੋਰਡ ਆਈਡੀਆ ਚ ਉਹਦਾ ਮਤਲਬ ਹੁੰਦਾ ਮੈਜੋਰਿਟੀ opinion ਤੇ ਸਿਰਫ ਅੱਜ ਐਡਮਿਨਿਸਟ੍ਰੇਸ਼ਨ ਨਹੀਂ ਇਹ ਕਰ ਰਹੀ ਪੁਰਾਣੀਆਂ ਨੈਸ਼ਨਲ ਕਾਂਗਰਸ ਵੀ ਇਹੀ ਕਰਦੀ ਸੀ ਉਹ ਵੀ ਸੈਕੂਲਰ ਕਹਿੰਦੇ ਸੀ ਬਟ ਉਹ ਇੰਨਾ ਸਿੱਧੇ ਲੈਵਲ ਤੇ ਨਹੀਂ ਕਰਦੇ ਸੀ ਤੇ ਟੇਡੇ ਲੈਵਲ ਤੇ ਤਾਂ ਹੀ ਸਿੱਖਾਂ ਦਾ ਜ਼ਿਕਰ ਦੀ ਕੋਡ ਬਣ ਪਾਇਆ ਤੁਹਾਡੇ ਕਹਿਣ ਤੋਂ ਭਾਵ ਕਿ ਇਹ ਜਿਹੜਾ ਯੂਨੀਫਾਰਮ ਯੂਸੀਸੀ ਜਿਹਨੂੰ ਕਿਹਾ ਜਾ ਰਿਹਾ ਇੰਡੈਕਟ ਇੰਡਾਇਰੈਕਟ ਤਰੀਕੇ ਨਾਲ ਜਿਹੜਾ ਆ ਪਿੱਛੇ ਦੇਖੇ ਜ਼ਿਕਰ ਹੋ ਰਿਹਾ ਸੀ ਕਿ ਇਹਨਾਂ ਨੇ ਹਿੰਦੂ ਨੇਸ਼ਨ ਬਣਾਉਣ ਦੀ ਤਿਆਰੀ ਕਰ ਲਈ ਹੈ ਉਹਦੀ ਤਿਆਰੀ ਦੇ ਵਿੱਚ ਇੱਕ ਬੇਸ ਹੈ ਦੇਖੋ ਤਿਆਰੀ ਕਰ ਲਈ ਤਾਂ ਇਹ ਤਾਂ ਗੱਲ ਹੈਗੀ 20-25 ਸਾਲ ਪੁਰਾਣੀ ਜੀ ਹਮ ਹੁਣ ਦੇਖ ਲਓ ਨਾ ਕੀ ਹੋਇਆ 7 ਸਾਲ ਜਿਹੜੀ ਅੱਜ ਦੀ ਗੱਲ ਕਰਦੇ ਆਂ ਹਾਂ ਇਹ ਤਿਆਰੀ ਨਹੀਂ ਹੈ ਉਹ ਤਾਂ ਉਸ ਤਰ੍ਹਾਂ ਦੀਆਂ ਚੀਜ਼ਾਂ ਕਰ ਹੀ ਰਹੇ ਨੇ ਸੁਪਰੀਮ ਕੋਰਟ ਦੀ ਦਖਲਅੰਦਾਜ਼ੀ 370 ਦਾ ਕਸ਼ਮੀਰ ਚ ਲੈ ਕੇ ਜਾਣਾ ਮਾਈਨੋਰਟੀਜ਼ ਨਾਲ ਕਿਸ ਤਰ੍ਹਾਂ ਡੀਲ ਕਰਨਾ ਫ্রম ਫਾਰਮਰਸ ਪ੍ਰੋਟੈਸਟ ਤੋਂ ਲੈ ਕੇ ਹੁਣ ਨਾਰਥ-ਈਸਟ ਦਾ ਵੀ ਦੇਖ ਲਓ ਕੀ ਕੀ ਨਹੀਂ ਹੋ ਰਿਹਾ ਉਹਨਾਂ ਦਾ ਆਪਣਾ ਮਣੀਪੁਰ ਦੇ ਵਿੱਚ ਜੋ ਡਾਇਰੈਕਟਲੀ ਉਹਨਾਂ ਦਾ ਆਪਣਾ ਮਿਨਿਸਟਰ ਤਿੱਕਰ ਰਿਜ਼ਾਈਨ ਕਰ ਗਿਆ ਕਿਉਂ ਹੋ ਰਿਹਾ ਇਹ ਹੂੰ ਉਹ ਉਹ ਨਹੀਂ ਇਸ਼ੂ ਉਹ ਤਾਂ ਕਲੀਅਰ ਹੈ they have been on paper on record saying this is what we are working towards te oh de bare apology bhi nahi karde oh kehnde asi ye kar rahe ha but bade irony hai ki es vele hind pure duniya vich ikko hindu nation aa oh aa nepal te oh inna nu pasand nahi kar reya which means ohna di policies inna nal thodi better ne ya inna di india di policy nepal prati theek nahi eh vi gal samjhan wali hai ki eh game hundi hai political ede piche legal implication dekhne zyada zaruri ne asi legally fase hoye ha 75 salan de ਸਾਡਾ ਕੋਈ ਪਰਸਨਲ ਲਾਉ ਨਹੀਂ ਅਸੀਂ ਡਿਮੈਂਡ ਕਰੀ ਜਾਈਏ ਅਕਾਲੀਆਂ ਨੇ ਇਹਨੇ ਮੋਰਚੇ ਵੀ ਲਾਏ ਸਾਡੇ ਵੱਡੇ ਵੱਡੇ ਮਿਨਿਸਟਰ ਵੀ ਬਣੇ ਪਰ ਸਾਡਾ ਕੰਮ ਨਹੀਂ ਹੋਇਆ ਨਾ ਇਹ ਮੈਂ ਇਸ ਕਰਕੇ ਕਹਿ ਰਿਹਾ ਅਸੀਂ ਰੈਪਰੈਜੈਂਟੇਸ਼ਨ ਪੋਲਿਟਿਕਸ ਕੈਨੇਡਾ ਬੈਠੇ ਆਪਾਂ ਇੱਥੇ ਵੀ ਬੜਾ ਸੋਚਦੇ ਆ ਆ ਹੁਣੇ ਤੁਹਾਡੀ ਅੱਜ ਹੀ ਨਿਊਜ਼ ਆਈ ਹੈ ਕੋਈ ਵੀ ਸੀਨੀਅਰ ਪੋਰਟਫੋਲੀਓ ਕਿਸੇ ਵੀ ਸਿੱਖ ਨੂੰ ਨਹੀਂ ਰਿਹਾ ਹੁਣ ਵੱਡੇ ਮਿਨਿਸਟਰ ਬਣਦੇ باوجود ਵੀ ਸਾਡੇ ਕੋਈ ਰੂਲ ਨਹੀਂ ਚੰਗੇ ਪਾਸ ਹੋਏ ਸਾਡੀਆਂ ਪਾਲਿਸੀਆਂ ਕੁਝ ਨਹੀਂ ਮਿਲਿਆ ਸਾਨੂੰ ਇਸ ਕਰਕੇ ਰੈਪਰੈਜੈਂਟੇਸ਼ਨ ਹੋਣੀ ਹੈ ਚੰਗੀ ਗੱਲ ਬੜੋ ਆਪਣੇ ਆਪ ਵਿੱਚ ਉਹ ਮੁਕੰਮਲ ਨਹੀਂ ਹੈ ਉਸ ਤੋਂ ਕਿਤੇ ਦੂਰ ਆ ਅਸਲ ਵਿੱਚ ਜਿਹੜੀਆਂ ਤੁਹਾਡੀਆਂ ਬਹੁਤ ਹੀ ਬਰੀਕੀ ਵਾਲੀਆਂ ਤੇ ਗੈਰ ਗੰਬੀਰ ਗੱਲਾਂ ਨੇ ਨਾ ਆਮ ਜਿਹੜਾ ਵਿਅਕਤੀ ਹੈ ਉਹਨੂੰ ਬਾਅਦ ਵਿੱਚ ਸਮਝ ਆਉਂਦੀ ਹੈ ਨਾ ਵੀ ਇੱਕ ਦਿਨ ਖਰਿੰਦਰ ਸਿੰਘ ਉਹਨਾਂ ਨੇ ਇਹ ਗੱਲ ਕਹੀ ਸੀ ਇਹ ਵਾਕਈ ਜਿਹੜੀ ਸਥਿਤੀ ਬਣ ਰਹੀ ਹੈ ਇਹਦੇ ਨਾਲ ਸਿੱਖਾਂ ਦੇ ਉੱਤੇ ਖਾਸ ਕਰਕੇ ਮੈਂ ਹੋਰ ਕਮਿਊਨਿਟੀ ਨਹੀਂ ਛੱਡੋ ਬਾਕੀ ਖੋਏਗਾ ਸਿਰਫ ਪਹਿਲਾਂ ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਸਿੱਖਾਂ ਦੇ ਉੱਤੇ ਇਹਦਾ ਮੇਨ ਵੱਡਾ ਪ੍ਰਭਾਵ ਕੀ ਪਾਏਗਾ ਜਦੋਂ ਕਿ ਸਿੱਖਾਂ ਦਾ ਤੁਸੀਂ ਜ਼ਿਕਰ ਕੀਤਾ ਕਿ ਪੰਜਾਬ ਤੋਂ ਦੋ ਤਿੰਨ ਤਾਂ ਪ੍ਰਾਈਮ ਮਿਨਿਸਟਰ ਪੰਜਾਬ ਤੋਂ ਬਣ ਕੇ ਉੱਥੇ ਦਿੱਲੀ ਦੇ ਵਿੱਚ ਬੈਠੇ ਰਹੇ ਨੇ ਸਾਡੇ ਸਤਕਾਰਯੋਗ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਦੇ ਗੋਡੀ ਹੱਥ ਲਾਉਂਦੇ ਨੇ ਮੌਜੂਦਾ ਪ੍ਰਾਈਮ ਮਿਨਿਸਟਰ ਨੇ ਜਿਹੜੇ ਨਰਿੰਦਰ મોદી ਜੀ ਜਦੋਂ ਵੀ ਮਿਲਦੇ ਸੀ ਸਦਾ ਪ੍ਰਕਾਸ਼ ਸਿੰਘ ਬਾਦਲ ਦੇ ਪੈਰੀ ਹੱਥ ਲਾਉਂਦੇ ਸੀ ਪਰ ਕਰਵਾਨ ਵਾਸਤੇ ਕੀ ਉਹਨਾਂ ਦੇ ਦਿਮਾਗ 'ਚ ਇਹ ਗੱਲਾਂ ਇਹ ਬਰੀਕੀ ਵਾਲੀਆਂ ਗੱਲਾਂ ਕਦੇ ਚੇਤੇ ਨਹੀਂ ਆਈਆਂ ਵੀ ਸਾਡਾ ਹਾਲ ਕੀ ਬਣੇਗਾ ਮੈਂ ਆਪ ਜੀ ਨਾਲੇ ਪਹਿਲਾਂ ਹੀ ਕਹ ਰਿਹਾ ਕਿ ਸਾਰਿਆਂ ਨੂੰ ਪਤਾ ਗੱਲ ਇਹ ਹੈ ਕਿ ਕੰਮ ਕਰਾਣਾ ਕੌਮ ਲਈ ਤੇ ਕੰਮ ਕਰਾਣਾ ਆਪਣੇ ਲਈ ਸਿਰਫ ਉੱਥੇ ਨਹੀਂ ਇੱਥੇ ਵੀ ਇਹੀ ਹਾਲ ਹੈ ਮੈਂ ਇਹ ਕਹਿ ਰਿਹਾ ਸੋ ਆਪਾਂ ਇਹਨੂੰ ਪੋਜ਼ੀਟਿਵਲੀ ਇਦਾਂ ਲਈਏ ਇਸ ਵੇਲੇ ਸਿੱਖਾਂ ਦੀ ਤੇ ਪੰਜਾਬੀਆਂ ਦੀ ਪੋਲੀਟੀਕਲ ਕੌਨਸ਼ੀਅਸਨੈਸ ਆ ਨਾ ਜਿਹੜੀ ਉਹ ਬੜੀ ਚੇਤਨਣਾ ਸਾਡਾ ਕੰਮ ਨਾ ਹੋਵੇ ਜਾਂ ਹੋਵੇ ਜਦੋਂ ਸਿੱਖਾਂ ਨੂੰ ਤਾਂ ਬੜਾ ਕਲੀਅਰਲੀ ਸਿਖਾਇਆ ਨਾ ਹਾਰੀਏ ਜਾਂ ਜਿੱਤੀਏ ਇਹ ਸ਼ੋਨੀ ਸਾਡੀ ਸੁਰਤ ਜਗੀ ਹੋਣੀ ਚਾਹੀਦੀ ਹੈ ਤੇ ਉਹਦੇ ਪ੍ਰਤੀ ਅਸੀਂ ਪ੍ਰੋਪਰ ਤਰੀਕੇ ਨਾਲ ਥੋੜੇ ਬੰਦਿਆਂ ਦਾ ਸਮੂਹ ਤਾਂ ਹੋਵੇ ਜਿਹੜੇ ਇਹਦੇ ਨਾਲ ਨਜਿੱਠੇ ਉਹ ਨਜਿੱਠਣ ਵਾਲਾ ਕੰਮ ਆ ਨਾ ਇਹ ਪਹਿਲਾਂ ਵੀ ਸੀ ਪਰ ਹੁਣ ਮੈਨੂੰ ਲੱਗਦਾ ਜ਼ਿਆਦਾ ਹੋ ਸਕਦਾ ਕਿਉਂਕਿ ਕਈਆਂ ਦੀ ਪੋਲਿਟੀਕਲ ਕੌਨਸ਼ੀਅਸਨੈਸ ਬੜੀ ਅਲਰਟ ਆ ਹੁਣ ਸਾਨੂੰ ਗੰਭੀਰ ਹੋਣਾ ਪੈਣਾ ਪਤਾ ਕਿਉਂ ਹੋਣਾ ਪੈਣਾ ਅਸੀਂ ਇਹ ਛੋਟੀਆਂ ਜੀਆਂ ਗੱਲਾਂ ਕਰਕੇ ਇੱਕ ਸ਼ੋਅ ਕਰਕੇ ਨਹੀਂ ਗੱਲ ਸਮਝਾਉਓ ਇਹ ਤਾਂ ਇੱਕ ਚੇਤਨਤਾ ਲਿਆਣ ਲਈ ਆ ਜੀ ਕਿਉਂਕਿ ਦੇਖੋ ਆਪਾਂ ਰੋਰ ਯਾਰਾ ਸਾਹਿਬ ਕਰਦੇ ਆ ਉੱਥੇ ਕੀ ਆਇਆ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿੀਰਾ ਹੁਣ ਇੰਨੀ ਗੱਲ ਜੇ ਜਿਹੜਾ ਸਾਡਾ ਸਾਹਿਬਾ ਸੀ ਤਾਂ ਉਹਦੀ ਕਾਪੀ ਕਰਨੀ ਆ ਨਾ ਹਮ ਮੋਦੀ ਐਡਮਿਨਿਸਟ੍ਰੇਸ਼ਨ ਕੀ ਕਰ ਰਹੀ ਆ ਮੁਲੇ ਮੁਸਲਮ ਲਈ ਸੌਰੀ 올 ਇੰਡੀਆ ਮੁਸਲਮ ਮਿਸ਼ਨ ਵਾਲੇ ਕੀ ਕਰ ਰਹੇ ਨੇ ਉਹ ਸਾਨੂੰ ਪਤਾ ਹੋਣਾ ਚਾਹੀਦਾ ਸਾਡੀ ਭਾਈਚਾਰੇ ਦੇ ਲੈਵਲ ਤੇ ਕਿਸੇ ਨਾਲ ਲੜਾਈ ਨਹੀਂ ਜੀ ਬਟ ਲਾ ਦੇ ਲੈਵਲ ਤੇ ਰਾਈਟਸ ਦੇ ਲੈਵਲ ਤੇ ਸਾਡੀ ਹਰੇਕ ਨਾਲ ਲੜਾਈ ਹੋਊਗੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਨਾਲ ਵੀ ਸਾਡੀ ਸੀਗੀ ਜਦ ਰਾਈਟਸ ਇਸ਼ੂ ਆ ਗਿਆ ਸੀ ਸੋ ਇਹ ਗੱਲ ਸਿੱਖਾਂ ਨੂੰ ਕਲੀਅਰ ਰੱਖਣੀ ਚਾਹੀਦੀ ਹੈ ਸਾਡਾ ਗੁੱਸਾ ਨਹੀਂ ਕਿਸੇ ਨਾਲ ਬਟ ਜੇ ਤੁਸੀਂ ਇਕੁਐਲਿਟੀਜ਼ ਤੇ ਵਿਮਨਸ ਰਾਈਟ ਤੇ ਮੈਜਰਿਟ ਰਾਈਟਸ ਨੂੰ ਆ ਜਿਹੜਾ ਡੋਗਲਾਪਨ ਦਿਖਾਉਂਗੇ ਫਿਰ ਸਾਡਾ ਅਸੀਂ ਤਾਂ ਉਹਦੀ ਗੱਲ ਕਰਾਂਗੇ ਕਿਉਂਕਿ ਸਾਡਾ ਸਾਹਿਬ ਵੀ ਗਹਿਰਾ ਅਸੀਂ ਡੈਪਥ ਵਿੱਚ ਜਾਵਾਂਗੇ ਸਾਨੂੰ ਸਿਖਾਇਆ ਡੀਪਰ ਜਾਓ ਤੇ ਗੰਭੀਰ ਵੀ ਹੋ ਉਹਨੂੰ ਸੀਰੀਅਸਲੀ ਕਰੋ ਇਸ ਕਰਕੇ ਗੱਲਾਂ ਕਰ ਰਹੇ ਹਾਂ ਜੀ ਬਹੁਤ ਤੁਹਾਡਾ ਧੰਨਵਾਦ ਇਸ ਸਮਾਂ ਕੱਢਿਆ ਔਰ ਬੜੀਆਂ ਅਹਿਮ ਗੱਲਾਂ ਬਾਤਾਂ ਕੀਤੀਆਂ ਨੇ ਅਖੀਰ ਚ ਜਾਂਦੇ ਜਾਂਦੇ ਖਾਸ ਕਰਕੇ ਸਾਡੀ ਸਿੱਖ ਲੀਡਰਸ਼ਿਪ ਸਾਡੀਆਂ ਧਾਰਮਿਕ ਜਥੇਬੰਦੀਆਂ ਤੇ ਸਾਡੇ ਜਿਹੜੇ ਅਧਾਰੇ ਇੱਥੇ ਸਾਰ ਮੁਕ ਤੌਰ ਤੇ ਚਲਾ ਰਹੇ ਨੇ ਗੁਰਦੁਆਰੇ ਉਹਨਾਂ ਦੀ ਸਨੇਹਾ ਕੀ ਹੈ ਜਰੂਰ ਇਸ ਪ੍ਰਤੀ ਕਰ ਦਿੰਦੇ ਆ ਜੀ ਮੈਂ ਪਹਿਲੀਆਂ ਦੋ ਗੱਲਾਂ ਹੀ ਜੋੜ ਦਿੰਦਾ ਦੇਖੋ ਕ੍ਰਿਟੀਕਲ ਥਿੰਕਿੰਗ ਬਹੁਤ ਜ਼ਰੂਰੀ ਆ ਆਪਾਂ ਉਸ ਤੋਂ ਭੱਜੀਏ ਨਾ ਸਾਡਾ ਆਪਾਂ ਕਹਿੰਦੇ ਆ ਨਾ ਕਿ ਸਾਡੇ ਚੰਗੇ ਲਾਇਰਜ਼ ਕਿੱਥੇ ਨੇ ਉਹਦੇ ਨਾਲ ਹੁਣ ਜੋੜ ਲਓ ਸਾਡੇ ਚੰਗੇ ਥਿੰਕਰਸ ਕਿੱਥੇ ਨੇ ਸਾਡੇ ਚੰਗੇ ਪੋਲਿਸੀ ਮੇਕਰਸ ਕਿੱਥੇ ਨੇ ਉਹਨਾਂ ਨੂੰ ਇਕੱਠੇ ਕਰੋ ਕਿਉਂਕਿ ਸਰਦਾਰ ਕਪੂਰ ਸਿੰਘ ਦਾ ਆਈਡੀਆ ਤੋਂ ਬਾਅਦ 86 ਤੇ ਤਾਂ ਉਹ ਵੀ ਪੂਰੇ ਹੋਏ ਹੋਏ ਨੇ ਹੁਣ ਉਹ ਇਹ ਜian ਨੂੰ ਹੋਰ ਵੀ ਨਾਲ ਲੈ ਕੇ ਆਓ ਨਾ ਦੇਖੋ ਅਕਾਲੀ ਉਹਨਾਂ ਦਾ ਲੜਦੇ ਸੀ ਉਹਨਾਂ ਦੀ ਗੱਲ ਵੀ ਸੁਣ ਲਈ ਸੀ ਉਹਨਾਂ ਨੇ ਲਿਖਿਆ ਸੀ ਨੰਦਪੁਰ ਸਾਹਿਬ ਰੈਜ਼ੋਲੂਸ਼ਨ ਦਾ ਪਹਿਲਾ ਡਰਾਫਟ ਸੋ ਕਹਿਣ ਦਾ ਭਾਵ ਜਿਹੜੇ ਪੋਲਿਸੀ ਮੇਕਰਸ ਨੇ ਜਿਹੜੇ ਥਿੰਕਰਸ ਨੇ ਤੇ ਜਿਹੜੇ ਪੋਲਿਟਿਸ਼ੀਅਨਸ ਨੇ ਤੇ ਜਿਹੜੇ ਲੀਡਰਸ ਨੇ ਜੇ ਅਸੀਂ ਇਕੱਠੇ ਨੇ ਹੋਣ ਦੀ ਲੋੜ ਨਹੀਂ ਹੁੰਦੀ ਬਟ ਇਹ ਇਸ਼ੂ ਭਾਵੇਂ ਤੁਸੀਂ ਕੇਸ ਰੱਖਦੇ ਹੋ ਨਹੀਂ ਰੱਖਦੇ ਮੈਂ ਜਾਣ ਕੇ ਕਹਿੰਦਾ ਬਾਰ-ਬਾਰ ਭਾਵੇਂ ਅੰਮ੍ਰਿਤ ਛਕਦੇ ਹੋ ਨਹੀਂ ਛਕਦੇ ਭਾਵੇਂ ਤੁਸੀਂ ਖਾਲਿਸਤਾਨ ਮੰਗਦੇ ਹੋ ਨਹੀਂ ਮੰਗਦੇ ਹੂੰ ਭਾਵੇਂ ਤੁਸੀਂ ਦਸਮ ਗ੍ਰੰਥ ਮੰਨਦੇ ਹੋ ਨਹੀਂ ਮੰਨਦੇ ਜੇ ਤੁਸੀਂ ਇੰਡੀਆ ਦੇ ਵਿੱਚ ਰਹਿਣਾ ਤੇ ਬਾਇ ਐਕਸਟੈਂਸ਼ਨ ਉਹ ਸਾਈਟ ਕੀਤੇ ਜਾਂਦੇ ਨੇ ਪੂਰੇ ਗਲੋਬ ਦੇ ਵਿੱਚ ਲਾਜ਼ ਕਿ ਇਹ ਦੇਖੋ ਜੀ ਇਹਨਾਂ ਦੇ ਲਾਜ਼ ਨੇ ਇੰਡੀਆ ਵਿੱਚੋਂ ਕਿਉਂਕਿ ਮੈਜੋਰਿਟੀ ਪੋਪੂਲੇਸ਼ਨ ਅੱਜ ਵੀ ਸਾਡੇ 70 80% ਉੱਥੇ ਹੀ ਰਹਿੰਦੇ ਨੇ ਹਾਂਜੀ ਇਹ ਸਾਰਿਆਂ ਤੇ ਦਾ ਇਫੈਕਟ ਹੋਣਾ ਓਕੇ ਇਸ ਗੱਲ ਨੂੰ ਸਮਝੋ ਡਸਨਟ ਮੈਟਰ ਤੁਸੀਂ ਕੀ ਸੋਚਦੇ ਹੋ ਬਟ ਇਫੈਕਟ ਇਸ ਤੇ ਸਾਰੇ ਸਿੱਖਾਂ ਤੇ ਹੋਣਾ ਰਿਗਾਰਡਲੈਸ ਆਫ ਯੋਰ ਲੈਵਲ ਆਫ ਆਬਜ਼ਰਵੇਸ਼ਨ ਇਸ ਕਰਕੇ ਤੁਹਾਡੇ ਚੇਤਨ ਹੋ ਇਹ ਇੱਕ ਨੈਸ਼ਨਲ ਪੋਲੀਟੀਕਲ ਗੇਮ ਦੇ ਹਿੱਸੇ ਵਿੱਚ ਇਹਨੂੰ ਸਮਝੀਏ ਤੇ ਉਸ ਗੇਮ ਦੇ ਵਿੱਚ ਲੀਗਲੀ ਪੋਲੀਟੀਕਲੀ ਤੇ ਪੋਲਿਸੀ ਮੇਕਿੰਗ ਦੇ ਲੈਵਲ ਤੇ ਅਸੀਂ ਆਪਣਾ ਯੋਗਦਾਨ ਹੋਰ ਮਾਈਨੋਰਿਟੀਆਂ ਨੂੰ ਕਿਵੇਂ ਪ੍ਰੋਟੈਕਟ ਕਰਨਾ ਇਹਦੇ ਵੱਲ ਪਾਈ ਹੈ ਅਪਾ ਤਾਂ ਅਸੀਂ ਕਰ ਹੀ ਲਾਂਗੇ ਵਨ ਵੇਅਰ ਦੀ ਅਦਰ ਇਹ ਸੀਗਾ ਆਈਡੀਆ ਬਿਹਾਈਂਡ ਇਵਨ ਅਨੰਪੁਰ ਸਾਹਿਬ ਰੈਜ਼ੋਲੂਸ਼ਨ ਉਹ ਫੈਡਰਲ ਸਟਰਕਚਰ ਵਾਲੀ ਗੱਲ ਜਿਵੇਂ ਇਸ ਲਾਅ ਦੇ ਵਿੱਚ ਅਜੇ ਪਤਾ ਨਹੀਂ ਉਹ ਗੋਆ ਦਾ ਕੀ ਕਰਨਗੇ ਉਹਨਾਂ ਦਾ ਆਪਣਾ ਕੋਡ ਹੈਗਾ ਇਵਨ ਐਜ਼ ਅ ਸਟੇਟ ਉੱਤਰਾਖੰਡ ਦਾ ਕੀ ਕਰਾਂਗੇ ਉਹਨਾਂ ਦਾ ਆਪਣਾ ਕੋਡ ਦਾ ਇੱਕ ਪ੍ਰੋਪੋਜ਼ਲ ਬਣਿਆ ਹੋਇਆ ਹੈ ਸੋ ਇਹ ਕੰਪਲਿਕੇਟਿਡ ਗੱਲ ਆ ਕੰਪਲਿਕੇਟਿਡ ਗੱਲ ਨੂੰ ਸਿੰਪਲ ਦਾ ਮਤਲਬ ਹੈ ਕਿ ਸਾਰੇ ਸਿੱਖ ਤੇ ਸਾਰੇ ਇੰਡੀਆ ਦੇ ਨਾਗਰਿਕਾਂ ਤੇ ਇਹਦਾ ਇਫੈਕਟ ਹੋਣ ਵਾਲਾ ਤੇ ਸਿੱਖਾਂ ਨੂੰ ਇਹਦੇ ਉੱਪਰਲੀ ਚਤੰਨ ਹੋ ਕੇ ਆਪਣੇ ਰਾਈਟਸ ਕਿਵੇਂ ਬਚਾਉਣੇ ਨੇ ਤੇ ਇਸ ਗੱਲ ਨੂੰ ਨੈਵੀਗੇਟ ਕਿਵੇਂ ਕਰਨਾ ਤੇ ਸਾਰੇ ਇੰਡੀਅਨਸ ਦੇ ਰਾਈਟ ਕਿਵੇਂ ਬਚਾਉਣੇ ਨੇ ਇਧਰ ਵੱਲ ਥੋੜਾ ਧਿਆਨ ਦੇਣ ਦੀ ਲੋੜ ਹੈ ਮੈਂ ਜ਼ਰੂਰ ਯਤਨ ਕਰਾਂਗਾ ਜੀ ਜਿਉਂ ਹੀ ਇਹਦਾ ਡਰਾਫਟ ਹੁੰਦਾ ਹੈ ਸਿੱਖ ਵਿਦਵਾਨਾਂ ਦੇ ਵਿੱਚੋਂ ਤੁਹਾਨੂੰ ਨਾਲ ਲੈ ਕੇ ਕੁਝ ਹੋਰ ਕਮਿਊਨਿਟੀਾਂ ਦੇ ਵਿਦਵਾਨਾਂ ਨਾਲ ਲੈ ਕੇ ਇਹਦੀ ਆਪਾਂ ਜਰੂਰ ਆਉਣ ਵਾਲੇ ਸਮੇਂ ਡਿਬੇਟ ਕਰਾਂਗੇ ਸਮਾਂ ਕੱਢਿਆ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ